ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਸ਼ੇਖਰ ਰਾਏ ਸੋ ਅੱਜ ਅਸੀਂ ਤੁਹਾਡੀ ਅੱਖਾਂ ਦੀ ਸੰਭਾਲ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਨਿਗਾ ਕਮਜ਼ੋਰ ਹੋ ਜਾਂਦੀ ਆ ਉਹਨਾਂ ਨੂੰ ਐਨਕ ਲਗਾਣੀ ਪੈਂਦੀ ਆ ਉਹਨਾਂ ਦੀ ਐਨਕ ਜਿਹੜੀ ਹੈਗੀ ਇਹ ਕਈ ਵਾਰ ਉਹਨਾਂ ਨੂੰ ਲਗਾਣੀ ਪਸੰਦ ਨਹੀਂ ਹੁੰਦੀ ਤੇ ਉਹ ਚਾਹੁੰਦੇ ਨੇ ਕਿ ਐਨਕ ਉਤਾਰ ਦਿੱਤੀ ਜਾਵੇ ਸੋ ਕਿਸ ਤਰੀਕੇ ਦੇ ਨਾਲ ਤੁਸੀਂ ਐਨਕ ਤੋਂ ਛੁਟਕਾਰਾ ਪਾ ਸਕਦੇ ਹੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਕਿੱਸਾ ਜਿਹੜਾ ਹੈ ਮੈਂ ਉਹ ਸ਼ੇਅਰ ਕਰਨਾ ਚ ਸਿਮਰਨ ਇੱਕ ਲੜਕੀ ਜਦੋਂ 4 ਸਾਲਾਂ ਦੀ ਸੀ ਤਾਂ ਉਸ ਨੂੰ ਐਨਕ ਲੱਗ ਗਈ ਸੀ ਪਰ ਉਸ ਸਮੇਂ ਨੰਬਰ ਜ਼ਿਆਦਾ ਨਹੀਂ ਸੀ ਸਿਮਰਨ ਨੂੰ ਐਨਕ ਲਗਾਉਣਾ ਬਿਲਕੁਲ ਵੀ ਪਸੰਦ ਨਹੀਂ ਸੀ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਤਾਂ ਉਹ ਐਨਕ ਉਤਾਰ ਦਿੰਦੀ ਸੀ ਅਤੇ ਕਈ ਕਈ ਘੰਟੇ ਐਨਕ ਨਹੀਂ ਲਗਾਉਂਦੀ ਸੀ ਮੰਮੀ ਪਾਪਾ ਵੀ ਦੇਖਦੇ ਰਹਿੰਦੇ ਪਰ ਬੱਚੀ ਹੋਣ ਕਰਕੇ ਜ਼ਿਆਦਾ ਕੁਝ ਕਹਿ ਨਹੀਂ ਪਾਉਂਦੇ ਸੀ ਜ਼ਿਆਦਾਤਰ ਲੋਕ ਇਸ ਤਰ੍ਹਾਂ ਹੀ ਕਰਦੇ ਨੇ ਜਿਸ ਕਰਕੇ ਸਿਮਰਨ ਦੀਆਂ ਅੱਖਾਂ ਉੱਤੇ ਜ਼ੋਰ ਪੈਣ ਲੱਗ ਗਿਆ ਅਤੇ ਐਨਕ ਦਾ ਨੰਬਰ ਵੀ ਵੱਧ ਗਿਆ ਸਿਮਰਨ ਹੁਣ 23 ਸਾਲਾਂ ਦੀ ਹੋ ਚੁੱਕੀ ਹੈ ਉਸਦੀ ਐਨਕ ਦਾ ਨੰਬਰ 6 ਹੋ ਚੁੱਕਿਆ ਸਿਮਰਨ ਨੂੰ ਅੱਜ ਵੀ ਐਨਕ ਲਗਾਉਣਾ ਪਸੰਦ ਨਹੀਂ ਹੈ ਉਸਨੇ ਇੱਕ ਅਜੇ ਹੀ ਸਰਜਰੀ ਬਾਰੇ ਸੁਣਿਆ ਜਿਸ ਦੇ ਨਾਲ ਐਨਕ ਉੱਪਰ ਉਤਰ ਜਾਂਦੀ ਹੈ ਜਿਸ ਸਰਜਰੀ ਦਾ ਨਾਮ ਹੈ ਲੇਸਿਕ ਲੇਜ਼ਰ ਸਿਮਰਨ ਨੇ ਲੇਸਿਕ ਲੇਜ਼ਰ ਦੀ ਸਭ ਤੋਂ ਲੇਟੈਸਟ ਅਤੇ ਵਧੀਆ ਤਕਨੀਕ ਬਾਰੇ ਵੀ ਸੁਣਿਆ ਜਿਸ ਦਾ ਨਾਮ ਹੈ ਕੰਟੂਰਾ ਵਿਜ਼ਨ ਇਸ ਦੇ ਨਾਲ ਐਨਕ ਹਟ ਜਾਂਦੀ ਹੈ ਅਤੇ ਬਹੁਤ ਸਾਫ਼ ਦਿਖਾਈ ਦਿੰਦਾ ਹੈ ਪਰ ਸਿਮਰਨ ਥੋੜਾ ਘਬرائی ਵੀ ਹੋਈ ਐ ਇਸ ਸਰਜਰੀ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਕੀ ਇਹ ਸਰਜਰੀ ਸੁਰੱਖਿਅਤ ਹੋਏਗੀ ਕਿ ਇਹਦੇ ਵਿੱਚ ਬਲੇਡ ਜਾਂ ਚੀਰਾ ਲੱਗੇਗਾ ਕਿ ਇਸ ਦੇ ਵਿੱਚ ਕੋਈ ਟੀਕਾ ਜਾਂ ਫਿਰ बेहोਸ਼ੀ ਤਾਂ ਨਹੀਂ ਹੋਏਗੀ ਇਸ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਏਗਾ ਕਿ ਇਸ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਤਾਂ ਨਹੀਂ ਹੋਣਾ ਪਏਗਾ ਇਸ ਸਰਜਰੀ ਦੀ ਕੀਮਤ ਕਿੰਨੀ ਹੋਏਗੀ ਸੋ ਇਸ ਤਰ੍ਹਾਂ ਦੇ ਕੁਝ ਸਵਾਲ ਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਾਣਨਾ ਚਾਹੁੰਦੀ ਹੈ ਸਿਮਰਨ ਦੀ ਤਰ੍ਹਾਂ ਹੋਰ ਵੀ ਕਈ ਲੋਕ ਜਿਨ੍ਹਾਂ ਨੂੰ ਐਨਕ ਲੱਗੀ ਹੋਈ ਹੈ ਪਰ ਉਹ ਐਨਕ ਜਾਂ ਕੰਟੈਕਟ ਲੈਂਸ ਨਹੀਂ ਲਗਾਉਣਾ ਚਾਹੁੰਦੇ ਉਹ ਵੀ ਇਸ ਤਰ੍ਹਾਂ ਦੀ ਹੀ ਜਾਣਕਾਰੀ ਲੈਣੀ ਚਾਹੁੰਦੇ ਨੇ ਸੋ ਅਜਿਹੇ ਦੇ ਵਿੱਚ ਉਹ ਕੀ ਕਰ ਸਕਦੇ ਨੇ ਅਸੀਂ ਇਹ ਪੁੱਛਿਆ ਅੱਖਾਂ ਦੇ ਮਾਹਿਰ ਡਾਕਟਰ ਜੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਵੀ ਮੌਜੂਦ ਨੇ ਬਰਾੜ ਅੱਖਾਂ ਦਾ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਅਤੇ ਚੀਫ ਆਈ ਸਰਜਨ ਡਾਕਟਰ ਪੀ ਐਸ ਬਰਾੜ ਡਾਕਟਰ ਬਰਾੜ ਪੰਜਾਬ ਦੇ ਵਿੱਚ ਕਾਫੀ ਲੋਕਪ੍ਰੀਏ ਅਤੇ ਮਸ਼ਹੂਰ ਅੱਖਾਂ ਦੇ ਡਾਕਟਰ ਨੇ ਜੋ ਕਿ ਪਿਛਲੇ 25 ਤੋਂ 30 ਸਾਲਾਂ ਤੋਂ ਸਫਲਤਾਪੂਰਵਕ ਐਣਕਾਂ ਉਤਾਰਨ ਦੀ ਸਰਜਰੀ ਕਰ ਰਹੇ ਨੇ ਆਓ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਾਕ ਦੇ ਵਿੱਚ ਧੰਨਵਾਦ ਸ਼ੇਖਰ ਜੀ ਤੁਹਾਡਾ ਬਹੁਤ-ਬਹੁਤ ਜੀ ਤੇ ਖਾਸ ਧੰਨਵਾਦ ਇਸ ਲਈ ਕਿ ਅੱਜ ਤੁਸੀਂ ਮੈਨੂੰ ਹਮਦਰਦ ਟੀਵੀ ਦੇ ਸਾਰੇ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਜੀ ਤੁਹਾਡੇ ਸਾਰਿਆਂ ਦਾ ਮੈਂ ਬੜਾ ਧੰਨਵਾਦ ਕਰਦਾ ਹਾਂ ਸ਼ੁਰੂਆਤ ਦੇ ਵਿੱਚ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਜਿਵੇਂ ਕਿ ਅਸੀਂ ਲੇਸਿਕ ਲੇਜ਼ਰ ਦੀ ਗੱਲ ਕਰ ਹੀ ਰਹੇ ਹਾਂ ਸੋ ਇਸ ਤੋਂ ਇਲਾਵਾ ਵੀ ਅਗਰ ਮੈਂ ਗੱਲ ਕਰਾਂ ਸੋ ਪੂਰੀ ਦੁਨੀਆ ਦੇ ਵਿੱਚ ਕਿੰਨੀਆਂ ਤਕਨੀਕੀ ਕਿੰਨੀ ਟੈਕਨੋਲੋਜੀ ਹੈਗੀ ਹੈ ਅੱਖਾਂ ਦਾ ਜਿਹੜਾ ਆਪਰੇਸ਼ਨ ਕਰਨ ਦੇ ਲਈ ਔਰ ਕਿਹੜੀ ਸਭ ਤੋਂ ਆਸਾਨ ਜਾਂ ਸਫਲ ਹੈ ਜਿਸ ਦੇ ਵਿੱਚ ਕਿ ਬਿਲਕੁਲ ਪੇਸ਼ੈਂਟ ਜਿਹੜਾ ਹੈ ਬਿਲਕੁਲ ਠੀਕ ਹੋ ਜਾਂਦਾ ਦੇਖੋ ਤੁਸੀਂ ਥੋੜੇ ਜਿਹੇ ਸਵਾਲਾਂ ਚ ਨਾ ਸਮੁੰਦਰ ਸਮੋਤਾ ਮੈਨੂੰ ਸ਼ੁਰੂ ਤੋਂ ਕਰਨਾ ਪੈਣਾ ਹੈ ਹਾਂਜੀ ਕਿ ਇਹ ਐਨਕ ਲੱਗਦੀ ਕਿਉਂ ਹੈ ਪਹਿਲਾਂ ਲੱਗਦੀ ਕਿਉਂ ਹੈ ਪਤਾ ਲੱਗੇ ਫਿਰ ਲੱਗਾਂਗੇ ਉਤਾਰਨੀ ਕਿਵੇਂ ਹੈ ਠੀਕ ਹੈ ਜੀ ਸੋ ਤੁਮ ਅੱਜ ਸਾਰੇ ਸਰੋਤਿਆਂ ਦਾ ਦੁਬਾਰਾ ਨਮਨ ਆਦਾਬ ਸਤਿ ਸ਼੍ਰੀ ਅਕਾਲ ਕਰਦਾ ਹੋਇਆ ਸ਼ੁਰੂ ਕਰਦਾ ਕਿ ਐਨਕ ਜਿਹੜੀ ਹੈ ਕਿਉਂ ਲੱਗਦੀ ਆ ਅੱਜ ਕੱਲ ਬੱਚੇ ਬੱਚੇ ਦੇ ਐਨਕ ਲੱਗੀ ਹੋਈ ਆ ਮਾਂ ਪਿਓ ਨੂੰ ਵੀ ਫਿਕਰ ਆ ਸਾਰਿਆਂ ਨੂੰ ਫਿਕਰ ਆ ਇਹਦੇ ਕੀ ਕਾਰਨ ਆ ਸਾਡੇ ਹੱਥ ਵਾਸ ਕੁਝ ਕਾਰਨ ਉਹਨਾਂ ਨੂੰ ਜੋ ਹੈਗੇ ਆ ਕਿ ਨਹੀਂ ਤੇ ਫਿਰ ਅਗਲੀ ਗੱਲ ਇਹਦੇ ਇਲਾਜ ਦੀ ਆਊਗੀ ਸਭ ਤੋਂ ਵੱਡਾ ਐਨਕ ਦਾ ਕਾਰਨ ਲੱਗਣ ਦਾ ਸਾਡਾ ਡੀਐਨਏ ਸਾਡੇ ਜੀਨਸ ਨੇ ਸਾਡੀ ਵਿਰਾਸਤ ਹੈ ਸਾਡੀ ਕਿਹੜਾ ਤੱਤਾਂ ਦਾ ਸਰੀਰ ਬਣਿਆ ਹੋਇਆ ਅਸੀਂ ਮਾਂ ਪਿਓ ਤੋਂ ਕੀ ਵਿਰਸੇ ਚ ਲਿਆ ਸਾਡੇ ਦਾਦੇ ਕੋਲੇ ਕੀ ਵਿਰਸਾ ਸੀ ਨਾਨੇ ਕੋਲੇ ਕੀ ਵਿਰਸਾ ਸੀ ਕਿਸ ਰਿਸ਼ਤੇਦਾਰ ਤੋਂ ਕੀ ਆਇਆ ਸਭ ਤੋਂ ਵੱਡਾ ਕਾਰਨ ਇਹ ਜੈਨੇਟਿਕਸ ਹੈ ਇਹ ਜੈਨੇਟਿਕਸ ਪਹਿਲਾਂ ਕਿੱਥੇ ਗਈ ਸੀ ਸਵਾਲ ਹੀ ਪੈਦਾ ਹੁੰਦਾ ਪਹਿਲਾਂ ਵੀ ਜੈਨੇਟਿਕਸ ਸੀ ਤੇ ਪਰ ਹੁਣ ਅਸੀਂ ਜਾਗਰੂਕ ਵੀ ਜ਼ਿਆਦਾ ਹੋ ਗਏ ਹੁਣ ਬੱਚੇ ਨੇ ਪੜ੍ਹਨਾ ਹਰ ਚੀਜ਼ ਦੀ ਇਨਸਾਨ ਪ੍ਰੀਸੀਜਨ ਮੰਗਦਾ ਹੈ ਅਚੂਕਤਾ ਮੰਗਦਾ ਹੈ ਪੂਰੀ ਪਰਫੈਕਸ਼ਨ ਮੰਗਦਾ ਹੈ ਦੇਸ ਦੇ ਤਹਿਤ ਜਦੋਂ ਬੱਚੇ ਨੂੰ ਇਕਲੈਨ ਵੀ ਨਹੀਂ ਦਿਸਦੀ ਇਨਸਾਨ ਨੂੰ ਦੂਰ ਇਕਲੈਨ ਵੀ ਤੁੰਦਰੀ ਦਿਸਦੀ ਆ ਅਗਲਾ ਉਸੇ ਵੇਲੇ ਇਲਾਜ ਕਰਵਾਉਣ ਜਾਂਦਾ ਤੇ ਪਤਾ ਲੱਗਦਾ ਕਿ ਮੇਰੇ ਨੰਬਰ 'ਚ ਫਰਕ ਆ ਜੀ ਪਿਛਲੇ ਜ਼ਮਾਨਿਆਂ 'ਚ ਜ਼ਰੂਰਤ ਵੀ ਥੋੜੀ ਹੁੰਦੀ ਸੀ ਹਮ ਮੰਨ ਲਓ ਕਿਸੇ ਨੇ ਖੇਤੀ ਕਰਦਾ ਇਨਸਾਨ ਨੂੰ ਟਰੈਕਟਰ ਦੇਸ ਜਾਂਦਾ ਸੀ ਮੋਟੇ-ਮੋਟੇ ਪੜ ਲੈਂਦਾ ਸੀ ਤੁਰੇ ਫਿਰਦਾ ਸੀ ਉਹ ਬੜਾ ਸੁਖਦਾਇਕ ਸੀ ਬੜਾ ਕੰਫਰਟੇਬਲ ਸੀ ਆਰਾਮ ਦੀ ਸਥਿਤੀ ਸੀ ਹੁਣ ਬੱਚਿਆਂ ਨੇ ਪੜਨਾ ਕੰਪਿਊਟਰ ਦਾ ਯੋਗ ਆ ਗਿਆ ਬੜੀ ਫਾਈਨ ਵਿਜ਼ਨ ਲੈਣੀ ਹੈ ਜੀ ਤਾਂ ਮੇਰਾ ਕਹਿਣ ਤੋਂ ਭਾਵੇਂ ਵਿਰਾਸਤ ਵਿੱਚ ਸ਼ਾਇਦ ਉਹਨੀ ਤਬਦੀਲੀ ਨਹੀਂ ਆਈ ਹੋਣੀ ਸਾਡੀ ਸਮਝ ਅੱਗੇ ਚਲੀ ਗਈ ਅਸੀਂ ਪਰਫੈਕਸ਼ਨ ਚਾਹੁੰਦੇ ਹਾਂ ਹਮ ਅਸੀਂ ਜਾਗਰੂਕ ਹੋ ਗਏ ਆ ਸਾਡੀ ਅਵੇਰਨੈਸ ਵਧ ਗਈ ਹੈ ਜੀ ਇੱਕ ਇਹ ਦਾ ਕਾਰਨ ਦੂਸਰਾ ਕਾਰਨ ਜਿਹੜਾ ਕੁਝ ਹੱਦ ਤੱਕ ਸਾਡੇ ਵੱਸ ਵਿੱਚ ਹੈ ਉਹ ਅੱਜਕੱਲ ਦੇ ਬੱਚਿਆਂ ਚ ਨੀਅਰ ਵਿਜ਼ਨ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਹਰ ਬੱਚਾ ਲੈਪਟਾਪ ਉਨਬਕ ਯੋਨ ਲੈਣ ਮਿਲਦੇ ਨੇ ਆ ਫੋਨ ਤੇ ਦੇਖ ਰਿਹਾ ਹੈ ਜੀ ਸਿਸਟਮ ਤੇ ਦੇਖ ਰਿਹਾ ਹੈ ਕਿਤਾਬਾਂ ਪੜ੍ਹ ਰਿਹਾ ਹੈ ਨਾਵਲ ਪੜ੍ਹ ਰਿਹਾ ਹੈ ਨੀਅਰ ਵਿਜਨ ਦਾ ਰੋਜਾਨ ਬਹੁਤ ਜ਼ਿਆਦਾ ਹੋ ਗਿਆ ਹੈ ਜੀ ਉਹ ਜ਼ਰੂਰੀ ਵੀ ਹੈ ਹਮ ਤੇ ਨੀਅਰ ਵਿਜਨ ਕਰਕੇ ਸਾਡੇ ਅੱਖਾਂ ਦੀ ਅਕੋਮੋਡੇਸ਼ਨ ਵੀ ਅਗਰ ਨੂੰ ਜ਼ਿਆਦਾ ਅੱਖਾਂ ਨੂੰ ਕਮੂਡੇਟ ਕਰਨਾ ਪੈਂਦਾ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਉਹ ਵੀ ਕਰਨਾ ਹਮ ਠੀਕ ਹੈ ਜੀ ਫਿਰ ਸਾਇੰਸ ਨੇ ਕੁਝ ਫੈਕਟਰ ਹੋਰ ਵਿਲੱਭੇ ਨੇ ਇਹਦੇ ਅੱਛਾ ਜੀ ਧੁੱਪ ਦੀ ਘਾਟ ਹਮ ਲੈਸ ਅਲਰਟ ਵੱਲ ਵਧੇ ਰਹਿਣਾ ਇੰਡੋਰ ਰੈਕਟਿਵਿਟੀ ਦਾ ਜ਼ਿਆਦਾ ਹੋਣਾ ਇਹ ਵੀ ਕੁਝ ਕਾਰਨਾਂ ਦੇ ਵਿੱਚੋਂ ਕਾਰਨ ਨੇ ਅੱਛਾ ਇਹ ਬੜਾ ਹੈਰਾਨ ਕਰਨ ਵਾਲੀ ਚੀਜ਼ ਹੈ ਹਾਂਜੀ ਹੁਣ ਸਾਡੀ ਵਿਰਾਸਤ ਚ ਕੀ ਆ ਬੇਸਿਕਲੀ ਨੰਬਰ ਤਾਂ ਲੱਗਦਾ ਇਹ ਅੱਖ ਦੀ ਫੋਟੋ ਹੈ ਜੀ ਆਈ ਬੋਲ ਦਾ ਮਾਡਲ ਹੈ ਜੀ ਆ ਮੈਂ ਨੰਗੀ ਕਰਨ ਲੱਗਾ ਆ ਦਿਖਾਤੀ ਸਾਡੀ ਪ੍ਰਤੀਬਿੰਬ ਅੱਗੋਂ ਲਾਈਟ ਨੇ ਚੱਲਣਾ ਅੱਗੋਂ ਚੱਲਿਆ ਇੱਥੇ ਸਾਡਾ ਲੈਂਸ ਪਿਆ ਹੈ ਪਹਿਲਾਂ ਇਹਨੇ ਕੋਰਨੀਆ ਨੂੰ ਕ੍ਰੋਸ ਕੀਤਾ ਫਿਰ ਲੈਂਸ ਨੂੰ ਕ੍ਰੋਸ ਕੀਤਾ ਇੱਥੇ ਪ੍ਰਤੀਬਿੰਬ ਬਣਨਾ ਹੈ ਓਕੇ ਹੁਣ ਜਿਨ੍ਹਾਂ ਦੀ ਵਿਰਾਸਤ ਇਸ ਤਰ੍ਹਾਂ ਦੀ ਉਹਨਾਂ ਦਾ ਖੰਭੀ ਹੈ ਰੱਬ ਵੱਲੋਂ ਆ ਚੀਜ਼ ਇੱਥੇ ਹੈ ਜਦੋਂ ਕਿਰਨਾਂ ਨੂੰ ਦੂਰ ਫੋਕਸ ਕਰਨਾ ਪੈਂਦਾ ਤਾਂ ਇੱਥੇ ਸਾਨੂੰ ਫੋਕਸ ਕਰਨ ਲਈ ਵੱਖਰਾ ਲੈਂਸ ਲਾਉਣਾ ਪੈਂਦਾ ਜਿਹਨੂੰ ਅਸੀਂ ਅਨਕ ਕਹਿੰਦੇ ਹਾਂ ਹੂੰ ਦੂਸਰੀ ਗੱਲ ਅਕਮੋਡੇਸ਼ਨ ਨਾਲ ਆਮ ਮਸਲ ਸਟਰੋਂਗ ਹੁੰਦੇ ਉਹ ਜ਼ਿਆਦਾ ਕਮੋਡੇਟ ਕਰਦੇ ਤਾਂ ਫਿਰ ਸਾਨੂੰ ਐਨਪੀ ਲੋਡ ਪੈਂਦੀ ਹੈ ਜੀ ਸੋ ਮੇਨ ਕਾਰਨ ਤਾਂ ਸਾਡੀ ਵਿਰਾਸਤ ਤੇ ਸਾਡੀ ਅੱਜ ਦੀ ਨਵੀਂ ਜੀਵਨ ਸ਼ੈਲੀ ਹੈ ਔਰ ਨਾਲ ਦੀ ਨਾਲ ਮੈਂ ਜੋ ਸਾਡੇ ਕੰਟਰੋਲ ਚੋਂ ਹੁੰਦੇ ਸੁਝਾਅ ਦੀ ਗੱਲ ਕਰ ਦਨਾ ਇਹ ਦੁਗਾ ਕੇ ਪੱਗੇ ਚਾਹੀਏ ਜੀ ਤਾਂ ਸਾਡੇ ਬੱਚਾ ਨੂੰ ਮੈਂ ਸਮਝਦਾ ਕਿ 9 ਸਾਲ ਦੀ ਉਮਰ ਤੱਕ ਵਿਸ਼ੇਸ਼ ਕਰਕੇ ਆਊਟਡੋਰ ਐਕਟੀਵिटीज ਵੱਲ ਬਹੁਤ ਖਿਆਲ ਰੱਖਣਾ ਚਾਹੀਦਾ ਉਧਰ ਸਾਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਮਾਂ ਪਿਓ ਨੂੰ ਬੱਚਿਆਂ ਨੂੰ ਤਾਂ ਕਿ ਉਹ ਕੰਪਿਊਟਰ ਦੀ ਦੁਨੀਆ ਚ ਨਾਲ ਨਾਲ ਬਾਹਰ ਦੀ ਦੁਨੀਆ ਚ ਵੀ ਉਵੇਂ ਹੀ ਵਿਚਰਣ ਜੀ ਤੇ ਜਦੋਂ ਵੀ ਤੁਸੀਂ ਕੰਪਿਊਟਰ ਤੇ ਕੰਮ ਲਗਾਤਾਰ ਕਰਨਾ ਹੈ 1 20 20 20 ਦਾ ਫਾਰਮੂਲਾ ਯਾਦ ਰੱਖਿਓ 20 20 20 20 ਮਿੰਟ ਕੰਮ ਕਰਨ ਤੋਂ ਬਾਅਦ ਜੀ ਘਟੋ ਘਟ ਸਿਰਫ 20 ਸਕਿੰਟ ਵਾਸਤੇ 20 ਫੁੱਟ ਦੂਰ ਜ਼ਰੂਰ ਦੇਖਣਾ ਹੈ ਤਾਂ ਕਿ ਅੱਖਾਂ ਨੂੰ ਵਿੱਚੋਂ ਵਿੱਚੋਂ ਇੰਟਰਮੀਟੈਂਟ ਰਿਲੈਕਸੇਸ਼ਨ ਮਿਲਦੀ ਰਹੇ ਜੀ ਜਦੋਂ ਰਿਲੈਕਸੇਸ਼ਨ ਮਿਲਦੀ ਹੈ ਤਾਂ ਸਾਡੀ ਕੰਮੋਡਿਸ਼ਨ ਜਿਹੜੀ ਸਪਾਸਮ ਵਾਲੀ ਜਾ ਰਹੀ ਉਹ ਬ੍ਰੇਕ ਹੋ ਜਾਂਦੀ ਹੈ ਉਹਦੇ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ ਤੇ ਨੰਬਰ ਦੀ ਪ੍ਰੋਗਰੈਸ਼ਨ 'ਚ ਥੋੜਾ ਕਨਾ ਵਿਰਾਮ ਆਉਂਦਾ ਛੋਟ ਮਿਲਦੀ ਹੈ ਸੋ ਪੜਨਾ ਵੀ ਪੈਣਾ ਮੈਂ ਨਹੀਂ ਕਹਿੰਦਾ ਪੜੋ ਨਾ ਤੇ ਜਦੋਂ ਇਹਨਾਂ ਛੋਟੇ ਛੋਟੇ ਗੱਲਾਂ ਦਾ ਖਿਆਲ ਰੱਖਾਂਗੇ ਹਰੀਆਂ ਸਬਜ਼ੀਆਂ ਖਾਵਾਂਗੇ ਖੇਡਾਂਗੇ ਜ਼ਿਆਦਾ ਬਾਹਰ ਜ਼ਿਆਦਾ ਦੌੜਾਂਗੇ ਧੁੱਪੇ 'ਵੋ ਜ਼ਿਆਦਾ ਫਿਰਾਂਗੇ ਮਾੜਾ ਮੋਟਾ ਤੋਂ ਉਹਨਾਂ ਸਾਰੀਆਂ ਗੱਲਾਂ ਦਾ ਫਰਕ ਪੈਂਦਾ ਯਸ ਜ ਜੁਕਰ ਵਿਰਾਸਤ ਦਾ ਸਵਾਲ ਹੈ ਉਹ ਸਾਡੇ ਵਾਸਤੇ ਨਹੀਂ ਹੈ ਵਿਰਾਸਤ ਦਾ ਸੀ ਵੱਖਰੇ ਤੌਰ ਤੇ ਅਗਲੇ ਮੈਂ ਪੜਾ ਦੇ ਵਿੱਚ ਆਉਣਾ ਕਿ ਇਹਦਾ ਇਲਾਜ ਕਿਵੇਂ ਕਰਨਾ ਮਤਲਬ ਕਾਰਨ ਆਵਲ ਗਿਆ ਵਿਰਾਸਤ ਕਰਨ ਹੋ ਗਈ ਸਾਡੀ ਇਨਡਾਇਰੈਕਟਿਵਿਟੀਜ਼ ਕਾਰਨ ਹੋ ਗਈ ਸਾਡੀ ਜੀਵਨ ਸੈਲੀ ਸਾਡੇ ਪੋਸਟਿਕ ਆਹਾਰਾਂ ਦੀ ਕਮੀ ਸਾਡਾ ਕਾਰਨ ਹੋ ਗਈ ਕੁਝ ਕਾਰਨ ਹਨਗੇ ਜਿਹੜੇ ਰੋਲ ਪਲੇ ਕਰਦੇ ਨੇ ਜੀ ਹੁਣ ਅਗਲਾ ਤੁਹਾਡਾ ਸਵਾਲ ਜਿਹੜਾ ਤੁਸੀਂ ਮੈਨੂੰ ਕੀਤਾ ਉਹਦੇ 'ਚ ਹੀ ਆਉਂਦਾ ਹੈ ਹੁਣ ਨੰਬਰ ਆ ਗਿਆ ਤੇ ਅਨੇਕ ਤਾਂ ਬੱਚੇ ਲਾਈਫ ਫਰਦੇ ਨੇ ਇਹਨੂੰ ਉਤਾਰੀਏ ਕਦੋਂ ਤੇ ਉਤਾਰੀਏ ਕਿਵੇਂ ਜੀ ਔਰ ਜਿਵੇਂ ਮੈਂ ਕਿੱਸਾ ਵੀ ਜਿਹੜਾ ਸ਼ੁਰੂਆਤ ਦੇ ਵਿੱਚ ਦਰਸ਼ਕਾਂ ਨਾਲ ਸ਼ੇਅਰ ਕੀਤਾ ਕਿ ਸਿਮਰਨ ਦਾ ਜਿਹਦੇ 4 ਸਾਲ ਦੀ ਉਮਰ ਦੇ ਵਿੱਚ ਨੰਬਰ ਆ ਗਿਆ ਸੀਗਾ ਸੋ ਨਹੀਂ ਐਨਕ ਲਗਾਤਾਰ ਲਗਾਈ ਔਰ ਨੰਬਰ ਵੱਧ ਗਿਆ ਹੁਣ 6 ਹੋ ਗਿਆ 23 ਸਾਲ ਦੀ ਉਮਰ ਹੋਗੀ ਇਦਾਂ ਦੇ ਵੀ ਬਹੁਤ ਸਾਰੇ ਬੱਚੇ ਨੇ ਕਿਤਾ ਅਸੀਂ ਇਹਦੇ ਵਿੱਚ ਹੀ ਸੋ ਗੱਲ ਇਹ ਆਉਂਦੀ ਹੈ ਕਿ ਮਾਪਿਓ ਨੂੰ ਵੀ ਆਪਾਂ ਸਾਰਿਆਂ ਨੂੰ ਕਹਿਣਾ ਹੈ ਜੀ ਤੇ ਕਿ ਸਿਮਰਨ ਦੇ ਮਾਪਿਓ ਜਿਵੇਂ ਬੱਚਾ ਕਹਿੰਦਾ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਨਿਆਣੀ ਐ ਇੱਕ ਤਾਂ ਬੱਚੇ ਨੂੰ ਸਮੇਂ ਸਿਰ ਰੰਗ ਲੱਗਣੀ ਜ਼ਰੂਰੀ ਹੈ ਬੱਚੇ ਦੀ ਅੱਖਾਂ ਦੀ ਵਕਤ-ਵਕਤ ਸਰ ਮੁਕੰਮਲ ਚੈੱਕਅਪ ਹੋਣਾ ਜ਼ਰੂਰੀ ਹੈ ਤਕਰੀਬਨ ਹਰ ਸਾਲ ਬਾਅਦ ਜਿਹੜੇ ਬੱਚੇ ਦੇ ਐਨਕ ਲੱਗ ਗਏ ਤੇ ਉਦੋਂ ਵੀ ਉਹਦੀਆਂ ਇੰਡੋਰ ਐਕਟੀਵਿਟੀਆਂ ਨੂੰ ਘਟਾਓ ਜਿਹੜੇ ਬੱਚੇ ਦੇ ਐਨਕ ਲੱਗ ਗਏ ਉਹਦੇ ਮਾਪਿਓ ਖਾਸ ਖਿਆਲ ਰੱਖਣ ਕਿ ਖੇਲੇ ਵੀ ਬਾਹਰ ਜਾ ਕੇ ਇਹ ਪੋਸ਼ਟਿਕ ਹਾਰ ਵੀ ਲਵੇ ਹਰੀਆਂ ਸਬਜ਼ੀਆਂ ਵੀ ਖਾਵੇ ਧੁੱਪੇ ਵੀ ਜਾਵੇ ਜੀ ਤੇ ਜਦੋਂ ਪੜ੍ਹਨਾ ਜਿਹੜਾ ਮੈਂ ਤੁਹਾਨੂੰ ਢੰਗ ਦੱਸਿਆ ਇਸ ਢੰਗ ਨਾਲ ਪੜ੍ਹੇ ਤੇ ਜਿੱਥੇ ਪੜਨਾ ਉਹ ਚੀਜ਼ ਵੈਲ ਇਲੂਮੀਨੇਟਡ ਹੋਣੀ ਚਾਹੀਦੀ ਹੈ ਪ੍ਰੋਪਰ ਡਿਸਟੈਂਸ ਬਣਾ ਕੇ ਰੱਖੋ ਬਹੁਤੀ ਨੇੜੇ ਨਹੀਂ ਕਰਨੀ ਲੋੜ ਜੇ ਬੱਚਾ ਬਹੁਤੀ ਨੇੜੇ ਕਰ ਰਿਹਾ ਹੈ ਤੇ ਇਹਦਾ ਮਤਲਬ ਹੈ ਕਿ ਉਹਦਾ ਨੰਬਰ ਇੰਪ੍ਰੋਪਰ ਹੈ ਉਹਨੂੰ ਬਹੁਤ ਨੇੜੇ ਲਿਆਉਣਾ ਪੈ ਰਿਹਾ ਹੈ ਉਹਦੇ ਨੰਬਰ ਨੂੰ ਰੀਚੈਕ ਕਰਾਈਏ ਆਪਾਂ ਸੋ ਹੁਣ ਆਪੋ ਤਾਰ ਨਹੀਂ ਕਦੋਂ ਹੈ 18 ਸਾਲ ਤੱਕ ਅੱਖ ਨੇ ਗਰੋ ਕਰਨਾ ਹੈ ਇਹ ਸਾਈਜ਼ ਜਿਹੜਾ ਹੈ ਇਹ ਸਾਈਜ਼ ਜਿਹੜਾ ਹੈ ਇਹ ਗਰੋ ਕਰ ਰਿਹਾ ਹੈ ਉਨੀ ਦਰਸ ਨਹੀਂ ਹੰਨ ਗੁਜ਼ਾਰ ਸਕਦੇ ਸਿਰਫ ਬਦਲ ਸਕਦੇ ਆ ਜਿਵੇਂ ਜਿਵੇਂ ਨੰਬਰ ਬਦਲੂਗਾ ਬਦਲ ਸਕਦੇ ਆ ਠੀਕ ਆ ਇਹ ਆ ਜਿਹੜੀ ਰੋਸ਼ਨੀ ਇੱਥੋਂ ਇਸ ਫੋਟੋ ਜ਼ਿਆਦਾ ਕਲੀਅਰ ਦਿਸ ਰਿਹਾ ਹਾਂ ਹਾਂਜੀ ਕਿ ਅੱਗੋਂ ਲਾਈਟ ਗਈ ਇਹ ਲੈਂਸ ਨੂੰ ਕ੍ਰੋਸ ਕੀਤੀ ਜੀ ਆ ਪਿਛਲੀ ਨਾੜੀ ਹੈ ਨਾੜੀ ਤੋਂ ਬ੍ਰੇਨ ਨੂੰ ਰੋਸ਼ਨੀ ਗਈ ਇੱਥੇ ਪਹੁੰਚ ਗਈ ਰੋਸ਼ਨੀ ਬ੍ਰੇਨ ਨੇ ਉਹਦਾ ਵਿਸ਼ਲੇਸ਼ਣ ਕੀਤਾ ਤੇ ਦੇਖਿਆ ਕਿ ਆ ਚੀਜ਼ ਹੈ ਆ ਚੀਜ਼ ਲੰਬੀ ਹੋ ਰਹੀ ਹੈ ਆ ਚੀਜ਼ ਪਿੱਛੇ ਨੂੰ ਜਾ ਰਹੀ ਹੈ ਠੀਕ ਹੈ ਆ ਚੀਜ਼ ਲੰਬੀ ਹੋ ਰਹੀ ਹੈ ਇਹ 18 ਸਾਲ ਤੱਕ ਅਸੀਂ ਰੋਕ ਨਹੀਂ ਸਕਦੇ ਹਿਊਮਨ ਗਰੋਥ 18 ਸਾਲ ਤੱਕ ਚੱਲਦੀ ਹੈ ਉਦੋਂ ਤੱਕ ਅਸੀਂ ਨੂੰ ਬਾਰ ਬਾਰ ਬਦਲਦੇ ਜਾਵਾਂਗੇ ਤਾਂ ਵਿਗਿਆਨ ਕਹਿੰਦਾ ਹੈ ਕਿ ਜਦੋਂ ਤੁਹਾਡੀ ਨਜ਼ਰ ਦੀ ਗਰੋਥ ਸੌਰੀ ਆਈ ਬਾਲ ਦੀ ਗਰੋਥ ਰੁਕ ਜਾਵੇ ਹਮ ਨੰਬਰ ਤੁਹਾਡਾ ਖੜ ਜੇ ਤੁਹਾਨੂੰ 6 ਮਹੀਨੇ ਸਾਲ ਤਸੱਲੀ ਨਾਲ ਹੋਗੇ ਹੁਣ ਨੰਬਰ ਖੜੇ ਨੂੰ ਫਿਰ ਅਸੀਂ ਐਨਕ ਉਤਾਰਨ ਦੀ ਗੱਲ ਕਰਨੀ ਹੈ ਜੀ ਹੁਣ ਐਨਕ ਕਿੰਨੀ ਉਤਰ ਸਕਦੀ ਤੇ ਕਿਵੇਂ ਉਤਰ ਸਕਦੀ ਹੈ ਸਭ ਤੋਂ ਪੌਪੂਲਰ ਵਿਧੀ ਹੈ ਐਨਕ ਉਤਾਰਨ ਦੀ ਇਸ ਮੂਰਲੀ ਕਾਕੀ ਦਾ ਇਸ ਮੂਰਲੀ ਕਾਕੀ ਦੀ ਸ਼ੇਪ ਕਰਨਾ ਦੇ ਨਾਲ ਤਬਦੀਲ ਕਰਨੀ ਤਬਦੀਲ ਕਰਨੀ ਇਸ ਸ਼ੇਪ ਦੀ ਤਬਦੀਲੀਏ ਸ਼ੇਪ ਦੀ ਪਾਵਰ ਘਟਾ ਦੇਣੀ ਹੈ ਤੇ ਸ਼ੇਪ ਦੀ ਗੁਲਾਈ ਘਟਾ ਦੇਣੀ ਹੈ ਉਹਨੂੰ ਫਲੈਟਨ ਕਰ ਦੇਣਾ ਹਮ ਹੀਲੈਸ ਲੇਜ਼ਰ ਦੀ ਕਲਾ ਹੈ ওকে ਠੀਕ ਹੈ ਹੁਣ ਇਹ ਉਦੋਂ ਕਰਾਂਗੇ ਅਸੀਂ ਜਦੋਂ ਸਾਨੂੰ ਸਮਝੀਏ ਕਿ ਫਾਈਨਲ ਹੋ ਗਈ ਹਮ ਠੀਕ ਹੈ ਇਹ ਲੇਜ਼ਰ ਦੇ ਕਰਨ ਨਾਲ ਹੁੰਦੀ ਹੈ ਜੀ ਤੇ ਇਹ ਕਿਰਨਾਂ ਹੀ ਉਹਦੀ ਸ਼ੇਪ ਪਰਮਾਨੈਂਟਲੀ ਅਲਟਰ ਕਰ ਦਿੰਦੇ ਆ ਪਰਮਾਨੈਂਟਲੀ ਚੇਂਜ ਕਰ ਦਿੰਦੇ ਆ ਤੇ ਇਹੀ ਪ੍ਰਤੀਬਿੰਬ ਐਥੀਅਨ ਪੜਦੇ ਤਾਂ ਫੋਕਸ ਹੋ ਜਾਂਦਾ ਓਕੇ ਐਥੀਅਨ ਪੜਦੇ ਤਾਂ ਫੋਕਸ ਹੋ ਜਾਂਦਾ ਥੈਟਸ ਆਲ ਹੁਣ ਲੇਸਿਕ 레이జర్ ਦੀਆਂ ਪ੍ਰਚਲਿਤ ਕਿਸਮਾਂ ਇੱਕ ਹੈ ਲੇਸਿਕ 레이జర్ ਜੀ ਇੱਕ ਹੈ ਸਮਾਈਲ ਇੱਕ ਹੈ ਕੰਟੂਰ ਵਿਜ਼ਨ ਸਭ ਤੋਂ ਪਹਿਲਾਂ ਲੇਸਿਕ 레이జర్ ਜੀ 25 ਸਾਲ ਤੋਂ ਅਸੀਂ ਕਰ ਰਹੇ ਹਾਂ ਫਿਰ ਆਈ ਸਮਾਈਲ ਫਿਰ ਆਈ ਸਭ ਤੋਂ ਆਧੁਨਿਕ ਲੇਟੈਸਟ ਕੰਟੂਰਾ ਵਿਜਨ ਕੰਟੂਰਾ ਵਿਜਨ ਰਾਈਟ ਜਿੱਥੋਂ ਤੱਕ ਸੇਫਟੀ ਦਾ ਸਵਾਲ ਹੈ ਇਹ ਤਿੰਨੋਂ ਹੀ ਬੜੀਆਂ ਸੇਫ ਹੈ ਕੋਸ਼ਿਸ ਕਿੰਟ ਲੱਗਦੇ ਨੇ ਤੇ ਠੀਕ ਹੋ ਜਾਂਦਾ ਦੂਸਰੀ ਗੱਲ ਜਿੱਥੋਂ ਤੱਕ ਐਫ ਡੀਆ ਅਪਰੂਵਲ ਤਿੰਨਾਂ ਕੋਲੇ ਹੈਗੀ ਹੈ ਅਮਰੀਕਾ ਦੀ ਜੀ ਸੋ ਸੇਫਟੀ ਸਟੈਂਡਰਡ ਤਿੰਨੋਂ ਹੀ ਮੀਟ ਕਰਦੀਆਂ ਬੈਟਰ ਵਿਜਨ ਕਿੱਥੇ ਜ਼ਿਆਦਾ ਆਉਂਦੀ ਹੈ 95% ਦੋਨਾਂ ਨਾਲ ਹੀ ਸਾਰਿਆਂ ਨਾਲ ਅੱਛੀ ਆ ਜਾਂਦੀ ਹੈ ਹੂੰ ਜਿਹੜੀ ਐਗਜ਼ੈਕਟ ਕਸਟਮਾਈਜ਼ਡ ਵਿਜ਼ਨ ਹੈ ਲੇਟੈਸਟ ਜੇਨੀ ਟੈਕਨੋਲੋਜੀ ਆਉਗੀ ਪੁਰਾਣੀਆਂ ਟੈਕਨੋਲੋਜੀ ਦੀਆਂ ਔਣਤਾਂ ਨੂੰ ਖਤਮ ਕਰਦੀ ਹੋਏ ਨਵੇਂ ਫੀਚਰ ਐਡ ਕਰ ਦਿੰਦੀ ਹੈ ਨਵੇਂ ਫੀਚਰ ਐਡ ਕਰ ਦਿੰਦੀ ਜਿਵੇਂ ਆਈਫੋਨ 6 ਨਾਲੋਂ ਆਈਫੋਨ 14 ਤੁਹਾਡਾ ਕਿੰਨੇ ਫੀਚਰ ਹੋਰ ਦੇ ਰਿਹਾ ਉਹਦੇ ਵਿੱਚ ਫੋਰ ਐਗਜ਼ਾਮਪਲ ਬਿਲਕੁਲ ਠੀਕ ਹੈ ਨਾ ਸਿਮਿਲਰਲੀ ਜਿਹੜੀ ਕੰਟੂਰਾ ਵਿਜ਼ਨ ਵਾਲੇ ਲੇਸਕਲੇਰ ਨੇ ਰਿਮੂਵ ਕਰ ਦਿੱਤਾ ਉਸ ਤੋਂ ਬਾਅਦ ਸਮਾਈ ਲਾਈ ਸਵਾਈਲ ਨੇ ਇੱਥੋਂ ਲੈਂਟਿਕਲ ਕੱਢਤਾ ਫਿਰ ਆਈਕਨ ਟੂ ਰਿਵੀਜ਼ਨ ਉਹਨੇ ਕੀ ਕੀਤਾ ਕਿ ਜਿਹੜੀ ਉਹਦੇ ਲੇਜ਼ਰ ਦੀ ਫਾਇਰਿੰਗ ਹੋਣੀ ਹੈ ਤੁਹਾਡੀ ਅੱਖ ਦੀ ਇੰਡੀਵਿਜੂਅਲ ਬਣਤਰ ਦੇ ਹਿਸਾਬ ਨਾਲ ਹੋਣੀ ਹੈ ਹਰ ਇਨਸਾਨ ਦੀ ਬਣਤਰ ਉਹਦੇ ਫਿੰਗਰਪ੍ਰਿੰਟ ਵਾਂਗੂ ਵੱਖਰੀ ਹੈ ਅੱਖ ਦੀ ਹਰ ਇਹ ਇਸ ਕੋਰਨੀਆ ਦੀ ਬਣਤਰ ਇਸ ਕੋਰਨੀਆ ਦਾ ਪ੍ਰੋਫਾਈਲ ਇਹ ਪ੍ਰੋਫਾਈਲ ਦੀ ਇੱਕ ਰਿਪਰੈਜ਼ੈਂਟੇਟਿਵ ਫੋਟੋਗ੍ਰਾਫ ਹੈ ਜੀ ਇੱਕ ਰਿਪਰੈਜ਼ੈਂਟੇਟਿਵ ਫੋਟੋਗ੍ਰਾਫ ਹੈ ਇਹ ਹਰ ਇਨਸਾਨ ਦੀ ਵੱਖਰੀ ਹੈ ਓਕੇ ਜਦੋਂ ਇਹ ਫਾਇਰਿੰਗ ਏਸ ਇੰਡੀਵਿਜੂਅਲ ਬਣਤਰ ਦੇ ਹਿਸਾਬ ਨਾਲ ਹੈ ਹਮ ਕਸਟਮਾਈਜ਼ਡ ਹੈ ਤਾਂ ਉਹਨੂੰ ਕੰਟੂਰ ਵਿਜਨ ਕਹਿੰਦੇ ਨੇ ਓਕੇ ਜਿਸ ਤਰ੍ਹਾਂ ਕਿ ਇੱਕ ਤਾਂ ਬਹੁਤ ਵਧੀਆ ਰੈਡੀमेड ਬ੍ਰਾਂਡ ਦੀ ਸ਼ਰਟ ਹੋ ਗਈ ਜੀ ਇੱਕ ਬਹੁਤ ਖਾਸ ਟੇਲਰ ਨੇ بڑے ਮਸ਼ਹੂਰ ਟੇਲਰ ਨੇ ਸਾਡੀ ਬੋਡੀ ਦੇ ਇੱਕ ਇੱਕ ਹਿੱਸੇ ਦਾ ਮਾਪ ਲੈ ਕੇ ਸਾਡੇ ਲਈ ਸ਼ਰਟ ਤਿਆਰ ਕੀਤੀ ਹੈ ਉਹ ਸਾਡੇ ਜ਼ਿਆਦਾ ਫਿੱਟ ਹੋਏਗੀ ਉਹ ਜ਼ਿਆਦਾ ਵਧੀਆ ਹੋਏਗੀ ਜੀ ਲੇਸ ਕੁਲੇਜ਼ਰ ਵੀ ਸਮਾਈਲ ਵੀ ਨਾਰਮਲ ਵੇਜਿੰਗ ਦਿੰਦੀਆਂ ਨੇ ਜਿਹੜੀ ਕੰਟੂਰਰ ਹੈ ਜਿਹੜੀ ਸੁਪਰ ਨਾਰਮਲ ਵੇਜਿੰਗ ਦਿੰਦੀ ਹੈ ਓਕੇ ਕਿਉਂਕਿ ਇਹ ਤੁਹਾਡੇ ਇੰਡੀਵਿਜੂਅਲ ਪ੍ਰੋਫਾਈਲ ਦੇ ਮੁਤਾਬਕ ਫਾਇਰਿੰਗ ਹੋਈ ਹੈ ਤੇ ਬਾਕੀ ਪੀਪਲਰ ਰੀਐਕਸਸ ਦੇ ਉੱਤੇ ਫਾਇਰਿੰਗ ਕਰਦੀ ਥਿਸ ਫਾਇਰਸ ਔਨ ਦਾ ਵਿਜੂਅਲ ਐਕਸਸ ਵਿਜੂਅਲ ਐਕਸਸ ਦੇ ਉੱਤੇ ਫਾਇਰਿੰਗ ਹੋਣ ਨਾਲ ਅਚੂਕਤਾ ਐਗਜ਼ੈਕਟਨੈਸ ਹਮੇਸ਼ਾ ਜ਼ਿਆਦਾ ਸੁਪੀਰੀਅਰ ਜ਼ਿਆਦਾ ਸੁਪੀਰੀਅਰ ਰਹਿੰਦੀ ਹੈ ਠੀਕ ਹੈ ਰਾਈਟ ਸੋ ਮੋਟੀ ਗੱਲ ਹੈ ਜਿਹੜੀ ਚੀਜ਼ ਨਵੀਂ ਆਉਗੀ ਨਾ ਉਹ ਕੁਝ ਬਿਹਤਰ ਹੁੰਦੀ ਹੈ ਜੀ ਡਰਾਈਨੈਸ 2-3 ਮਹੀਨੇ ਸਾਰੇ ਕਿਸਮ ਦੇ ਲੇਜ਼ਰ ਚ ਹੁੰਦੀ ਹੈ 2-3 ਮਹੀਨੇ ਚਲੀ ਜਾਂਦੀ ਹੈ ਤੇ ਯਸ ਇੱਕ ਚੀਜ਼ ਜਿਹੜੀ ਕਹਿੰਦੇ ਸੀ ਸਮਾਈਲ ਨਾਲ ਕਿ ਤੁਸੀਂ ਜੀ ਜਾਂਦੇ ਸਰ ਮੜ ਲਓ ਹੂੰ ਕਿਉਂਕਿ ਫਲੈਪ ਨਹੀਂ ਬਣਿਆ ਤੇ ਸਾਇੰਸ ਨੇ ਫਿਰ ਬੈਨੀਫਿਟ ਐਂਡ ਰਿਸਕ ਦੀ ਐਨਾਲਿਸਿਸ ਕੀਤਾ ਵੀ ਇੱਕ ਪਾਸੇ ਤਾਂ 10% ਰਿਵੀਜ਼ਨ ਬੈਟਰ ਆਉਂਦੀ ਹੈ। ਹੂੰ। ਦੂਸਰੇ ਪਾਸੇ ਅਗਲੇ ਦਿਨ ਮੜਨ ਦਾ ਬੈਨੀਫਿਟ ਹੈ। ਜੀ। 10% ਰਿਵੀਜ਼ਨ ਬੈਨੀਫਿਟ ਲੈਣਾ ਹੈ ਕਿ ਮਰੀਜ਼ ਨੂੰ ਕਹਿਣਾ ਦੋ ਦਿਨ ਨਾ ਆਵਲੀ। ਹੂੰ। ਤਾਂ ਤੱਤ ਸਾਇੰਸ ਦਾ ਨਾ ਨਹੀਂ ਕੱਢਿਆ ਕਿ ਜੇ ਮਰੀਜ਼ ਦੋ ਦਿਨ ਨਾ ਆਵੇ ਤਾਂ ਕਿੰਨੀ ਕਾ ਕਰਾਉਂਦੀ ਹੈ। ਵੈਸੇ ਵੀ ਮੈਂ ਜੇ ਤੁਹਾਨੂੰ ਕਹਿ ਦਿਆਂ ਤੁਸੀਂ ਆਪ ਦੀ ਅੱਖ ਜਾ ਕੇ ਮੜ ਲਿਓ ਫਿਰ ਕਿਹੜਾ ਤੁਸੀਂ ਮਿਲਣੀ ਹੈ। ਫਿਰ ਵੀ ਬੋਝ-ਬੋਝ ਕੇ ਰੱਖਣੀ ਹੈ। ਬਿਲਕੁਲ। ਠੀਕ ਹੈ ਨਾ। ਸਤੇ 10% ਰਿਵੀਜ਼ਨ ਖਾਸ ਕਰਕੇ ਕੰਟਰਾਸਟ ਸੈਂਸਿਟੀਵਿਟੀ ਤੇ ਸੁਪਰਵੀਜ਼ਨ ਇੱਕ ਦੀ ਲਾਈਨ ਮਰੀਜ਼ ਬਿਲਾਂਹੋਂ ਵੱਧ ਜ਼ਿਆਦਾ ਦੇਖਦਾ ਇਹ ਵਿੱਚ ਜੀ ਠੀਕ ਹੈ ਸੋ ਲੇਟੈਸਟ ਟੈਕਨੋਲੋਜੀ ਹੋਣ ਦੇ ਕਰਕੇ ਸਭ ਤੋਂ ਸੇਫ ਟਿਸ਼ੂ ਸੇਵਿੰਗ ਵੀ ਹੂੰ ਜਦੋਂ ਅਸੀਂ ਲੇਜ਼ਰ ਕਰਦੇ ਆ ਕੁਝ ਨਾ ਕੁਝ ਟਿਸ਼ੂ ਰਿਮੂਵ ਹੋ ਜਾਂਦਾ ਐਵੇਪੋਰੇਟ ਹੋ ਜਾਂਦਾ ਓਕੇ ਤਾਂ ਜਿਹੜੀ ਸਭ ਤੋਂ ਕੱਟ ਟਿਸ਼ੂ ਐਵੇਪੋਰੇਟਿੰਗ ਟੈਕਨੀਕਸ ਨੇ ਉਹ AIO ਨੇ ਕੰਟੂਰਾ ਕੰਟੂਰਾ ਐਂਡ ਲੇਸਰ ਲੇਸਰ ਦਰ ਸਮਾਈਲ ਦੇ the ability lesser tissue hmm. then the previous version that is smile right theesri cheez man lo kise insaan da shareer aam lokan nalo pinna hm hmm. jehdi contour division jale sakda ja koi bhi hai eh 98 ya ja 99 percent patient de exact result dendi hai acha exact very sharp very accurate ji ta range ki hai number di jehda eh contour division na theek karna hai. minus 8 to leke ਪਲੱਸ 4 ਤੱਕ ਓਕੇ ਪਲੱਸ 5 ਤੱਕ ਪਲੱਸ 4 ਜਾਂ ਮਾਈਨਸ 4 ਸਿਲੰਡਰ ਤੱਕ ਵੀ ਠੀਕ ਕਰਨਾ ਹੂੰ ਠੀਕ ਹੈ ਸੋ ਇੰਨਾ ਇਹਦੀ ਰੇਂਜ ਹੈ ਠੀਕ ਕਰਨ ਦੀ ਮੰਨ ਲਓ ਤੁਹਾਡਾ ਸਰੀਰ ਆਮ ਨਾਲੋਂ ਪਿੰਨਾ ਹੈ ਜੀ ਤੁਹਾਡੇ ਮਾਮੂਲੀ ਰੇਅਰ ਕੇਸਸ ਦੇ ਵਿੱਚ ਅੰਡਰ ਕਾਰੈਕਸ਼ਨ ਜਾਂ ਓਵਰ ਕਾਰੈਕਸ਼ਨ ਵੀ ਹੋ ਸਕਦੀ ਹੈ ਓਕੇ ਜੇ ਲੇਜ਼ਰ ਦੀ ਬਦੌਲਤ ਕਰਕੇ ਅੰਡਰ ਕਰੈਕਸ਼ਨ ਜਾਂ ਓਵਰ ਕਰੈਕਸ਼ਨ ਹੈ ਤਾਂ ਸਾਨੂੰ 15-20 ਦਿਨਾਂ ਚ 25 ਦਿਨਾਂ ਚ ਮਹੀਨੇ ਚ ਪਤਾ ਲੱਗ ਜਾਂਦਾ ਹੈ ਅੰਡਰ ਕਰੈਕਸ਼ਨ ਜਾਂ ਓਵਰ ਕਰੈਕਸ਼ਨ ਇਹਦਾ ਕੀ ਮਤਲਬ ਹੈ ਸੱਤ ਨੰਬਰ ਠੀਕ ਕਰਨਾ ਸੀਗਾ ਜੀ 6.9 ਰਹਿਗਾ 7.1 ਹੋ ਗਿਆ ਫੋਰ ਐਗਜ਼ਾਮਪਲ ਜੀ ਕਿਸ਼ਨ ਨੂੰ ਲੱਗੇ ਕਿ ਮੈਨੂੰ ਜੇ 0.25 ਮਾਈਨਸ ਦਾ ਹੋਰ ਲਾਵਾਂ ਜਾਂ ਪਲੱਸ ਦਾ 0.25 ਹੋਰ ਲਾਵਾਂ ਤਾਂ ਹੋਰ ਸ਼ਾਰਪ ਦਿਖ ਰਿਹਾ ਹੈ ਹਮ ਮੰਨ ਲਓ ਇੱਥੇ 10 ਬੰਦਿਆਂ ਦੇ ਅਸੀਂ ਕੱਟ ਲਾਉਣਾ ਹੈ ਮੈਂ ਇੱਥੇ ਹਮ 2 ਇੰਚ ਲੰਬਾ ਅੱਧਾਂ ਚ ਡੂੰਗਾ ਇੱਕੋ ਜਿਹਾ ਘਟ ਲਾਉਣਾ 10 ਬੰਦਿਆਂ ਦੇ ਜੀ ਐਵਰੇਜ ਹੀਲਿੰਗ ਟਾਈਮ ਲੈਟ ਅਸ ਸੇ 5 ਡੇਸ ਹੈ ਹੂੰ ਤਾਂ 100 ਚੋਂ ਜਾਂ ਇੱਕ ਦੋ ਬੰਦਿਆ ਸੀ ਮਿਲਣਗੇ ਜਿਨ੍ਹਾਂ ਦਾ 5 ਡੇਸ ਦੀ بجائے ਕਿਸੇ ਦਾ 5.5 ਦਿਨ ਉਹ ਕਿਸੇ ਦਾ 4.5 ਦਿਨ ਹੋਊਗਾ ਕਿਉਂਕਿ ਉਹਨਾਂ ਦਾ ਸਰੀਰ ਦਾ ਰਿਸਪੌਂਸ ਜਿਹੜਾ ਹੈ ਉਸ ਲੇਜ਼ਰ ਉਹਨਾਂ ਦਾ ਟਿਸ਼ੂ ਰਿਸਪੌਂਸ ਆਮ ਲੋਕਾਂ ਨਾਲੋਂ ਵੱਖਰਾ ਹੈ ਜੀ ਕੁਝ ਕਾਰਨ ਹੋਣਗੇ ਜਿਸ ਦੇ ਕਰਕੇ ਮਾਮੂਲੀ ਅੰਡਰ ਜੋ ਓਵਰ ਕਰੈਕਸ਼ਨ ਆ ਗਈ ਜੇ ਅੰਡਰ ਕਰੈਕਸ਼ਨ ਓਵਰ ਕਰੈਕਸ਼ਨ ਪੇਸ਼ੈਂਟ ਨੂੰ ਅਨਕੰਫਰਟੇਬਲ ਹੈ ਅਨਸੁਖਾਮੀ ਹੈ ਤਾਂ ਉਹਨੂੰ ਫਾਈਨ ਟਿਊਨ ਕਰਕੇ ਠੀਕ ਕੀਤਾ ਜਾਂਦਾ ਹੈ ਯੈਸ ਜੇ ਉਹਨੂੰ ਠੀਕ ਕਰਨ ਲੱਪੇ ਜੀ ਤਾਂ ਇਹ ਕੰਟੂਰਾ ਵਿਜ਼ਨ ਵਿੱਚ ਔਰ ਲੇਸਿਕ ਲੇਜ਼ਰ ਦੇ ਵਿੱਚ ਠੀਕ ਕਰਨਾ 2 ਮਿੰਟ ਦਾ ਕੰਮ ਹੈ ਬਿਲਕੁਲ 2 ਮਿੰਟ ਦਾ ਜੀ ਜੇ ਸਮਾਈਲ ਹੋਈ ਹੋਈ ਹੈ ਪਹਿਲਾਂ ਤਾਂ ਸਮਾਈਲ ਦੇ ਵਿੱਚ ਪੂਰੇ ਜਿਹੜਾ ਅਸੀਂ ਲੈਂਟਿਕਲ ਕੱਢਿਆ ਸੀ ਉਸ ਸਮਾਰੇ ਪੂਰੇ ਫਲੈਪ ਨੂੰ ਖੋਲ ਕੇ ਦੁਬਾਰਾ ਕਰਨਾ ਪੈਂਦਾ which is a big task ਜੀ ਸੋ ਉਸ ਦੇ ਹਿਸਾਬ ਨਾਲ ਕੰਟੂਰਾ ਵਿਜ਼ਨ ਜਿਹੜੀ ਹੈ ਉਹ ਬੈਸਟ ਚੁਆਇਸ ਹੈ ਅੱਜ ਦੇ ਟਾਈਮ 'ਚ ਲੇਟੈਸਟ ਆਲ ਸੱਡਨ ਡਨ ਹਮ ਇਨਕਲੂਡਿੰਗ ਦਾ ਐਡਵਾਂਟੇਜਸ ਆਫ ਲੈਂਟਿਕਲ ਰਿਮੂਵਲ ਜਿਹੜੀ ਬੈਟਰ ਵਿਜ਼ਨ ਆਉਂਦੀ ਹੈ ਸਭ ਤੋਂ ਉੱਤਮ ਤਾਂ ਬੈਟਰ ਵਿਜ਼ਨ ਹੈ ਅਸੀਂ ਬੈਟਰ ਵਿਜ਼ਨ ਲੈਣੀ ਹੈ ਜੋ ਕੁਝ ਵੀ ਉਹਦੇ ਲਈ ਕਰਨਾ ਪਵੇ ਕਰਾਂਗੇ ਜਿਹੜੀ ਸੁਪਰ ਵਿਜ਼ਨ ਜਾਂ ਬੈਟਰ ਵਿਜ਼ਨ ਕੰਟੂਰਾ ਵਿਜ਼ਨ ਦਿੰਦੀ ਹੈ ਵਿਗਿਆਨ ਦੀ ਦੇਣ ਹੈ ਸਾਨੂੰ ਕਿ ਅੱਜ ਦੀ ਤਰੀਕ ਵਿੱਚ ਉਸ ਤੋਂ ਬਿਹਤਰ ਟੈਕਨੋਲੋਜੀ ਹੋਰ ਕੋਈ ਨਹੀਂ ਹੈ ਕੰਟੂਰਾ ਵਿਜ਼ਨ ਤੁਸੀਂ ਜਿੱਥੇ ਤੱਕ ਦੱਸਿਆ ਕਿ ਸੁਰੱਖਿਅਤ ਹੈ ਸੋ ਇਸ ਚੀਜ਼ ਨੂੰ ਲੈ ਕੇ ਚੱਲਦੇ ਹਾਂ ਪਰ ਦਰਦ ਕਿੰਨਾ ਜਿਹੜਾ ਹੈ ਉਹ ਪੇਸ਼ੈਂਟ ਨੂੰ ਸਹਿਣਾ ਪੈਂਦਾ ਇਸ ਦੇ ਵਿੱਚ ਕੋਈ ਵੀ ਦਰਦ ਨਹੀਂ ਨਾ ਤਾਂ ਸਾਨੂੰ ਕੋਈ ਇੰਜੈਕਸ਼ਨ ਲਾਉਣਾ ਪੈਂਦਾ ਨਾ ਸਾਨੂੰ ਕੁਝ ਚੀਰਾ ਲਾਉਣਾ ਪੈਂਦਾ ਕੁਝ ਵੀ ਨਹੀਂ ਕਰਨਾ ਬਲੇਡ ਫ੍ਰੀ ਲੇਜ਼ਰ ਹੈ ਟੋਟਲ ਬਲੇਡਲੈਸ ਹੈ ਜੀ ਉਨੇ ਫਲੈਪ ਬਣਾ ਦੇਣਾ ਤੇ ਉਹਨੇ ਹੀ ਲੇਜ਼ਰ ਇੱਕ ਵੱਖਰੀ ਲੇਜ਼ਰ ਨੇ ਤੁਹਾਡੇ ਨੰਬਰ ਨੂੰ ਫਿਨਿਸ਼ ਕਰ ਦੇਣਾ ਜੇ ਤੁਹਾਨੂੰ ਕਹਾਂ ਫਲੈਪ ਮੇਕਿੰਗ ਟਾਈਮ ਮੁਸ਼ਕਲ ਨਾਲ 15 ਸੈਕਿੰਡ ਦਾ ਓਕੇ ਤੇ ਲੇਜ਼ਰ ਟਾਈਮ ਜਿਹੜਾ ਹੈ ਉਹ ਡਿਪੈਂਡ ਕਰਦਾ ਤੁਹਾਡਾ ਨੰਬਰ ਕਿੰਨਾ ਤਕਰੀਬਨ 2 ਸੈਕਿੰਡ ਲੱਗਦੇ ਨੇ 2 3 ਸੈਕਿੰਡ 4 ਸੈਕਿੰਡ ਇੱਕ ਨੰਬਰ ਲਈ ਅੱਛਾ ਤੇ ਜੋ ਪੰਜ ਨੰਬਰ ਵੀ 10 ਸੈਕਿੰਡ ਲਈ ਲੇਜ਼ਰ ਲੱਗੀ ਮਰੀਜ਼ ਦਾ ਇਨਸਾਈਡ ਦਾ ਰੂਮ ਜਿਹੜਾ ਐਵਰੇਜ ਆਸਟਨ ਟਾਈਮ ਹੈ ਤਕਰੀਬਨ 10 ਸਕਿੰਟ ਦਾ ਟਾਈਮ ਹੈ ਆ ਸੌਰੀ ਸੌਰੀ 10 ਮਿੰਟ ਦਾ ਟਾਈਮ ਜਿਹੜਾ ਮਰੀਜ਼ ਨੂੰ ਟੋਟਲ ਕਮਰੇ ਜਿਹੜਾ ਸਮਾਂ ਲੱਗਦਾ 10 ਮਿੰਟ ਲੱਗਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਹਮ ਜਿਹੜੀ ਕੋਕਸਟ ਰੀਹੈਬਿਲਿਟੇਸ਼ਨ ਹੈ ਕੋਈ ਕ ਸਭ ਤੋਂ ਛੇਤੀ ਉਹ ਉਹ ਕੰਡੂਰਾ ਵਿਜਨਲ ਹੈ ਬਨਿਸਬਤ ਲੇਸਿਕ ਉਸ ਬਨਿਸਬਤ ਸਮਾਈਲ ওকে ਕਿਉਂਕਿ ਸਮਾਈਲ ਦੇ ਵਿੱਚ 2 ਜਾਂ 3 ਦਿਨ ਦੇ ਵਿੱਚ ਉਹਦੀ ਨਜ਼ਰ ਬਿਲਕੁਲ ਸ਼ਾਰਪ ਕਲੀਅਰ ਹੁੰਦੀ ਹੈ ਵੇਰ ਐਸ ਕੰਡੂਰਾ ਵਿਜਨ ਚ ਵੇਰੀ ਨੈਕਸਟ ਡੇ ਹੋ ਜਾਂਦੀ ਹੈ 99% ਵਿਜਨ ਉਹਦੀ ਵੇਰੀ ਨੈਕਸਟ ਨੈਕਸਟ ਮਾਰਨਿੰਗ ਹੀ ਹੁੰਦੀ ਹੈ ਅਗਲੀ ਸ਼ਾਮ ਤੱਕ 100% ਹੋ ਜਾਂਦੀ ਹੈ ਠੀਕ ਹੈ ਉਹਨੂੰ ਅਸੀਂ ਕਹਿੰਦੇ ਹਾਂ ਅਗਲੇ ਦਿਨ ਤੋਂ ਭਾਈ ਸਾਹਿਬ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਤੁਰ ਫਿਰ ਸਕਦੇ ਹੋ ਪੜ੍ਹ ਲਿਖ ਸਕਦੇ ਹੋ ਟਰੈਵਲ ਕਰ ਸਕਦੇ ਹੋ ਬਸ ਛਿੱਟ ਨਾ ਮਾਰੋ 5-7 ਦਿਨ ਪਾਣੀ ਦੇ ਬਸ ਮੜਿਓ ਨਾ 5-7 ਦਿਨ ਅਸੀਂ 5-7 ਦਿਨ ਕਰਨੇ ਉਹ 2 ਮਹੀਨੇ ਨਹੀਂ ਮੜਦੇ ਪਰ ਜੋ ਸਾਇੰਸ ਦੀ ਰਿਕਮੈਂਡੇਸ਼ਨ ਮੈਂ ਤੁਹਾਨੂੰ ਦੱਸਦਾ ਤੇ ਵੇਰੀ ਵੇਰੀ ਕੁਇਕ ਰੀਹੈਬਿਲਿਟੇਸ਼ਨ ਇਟ ਇਜ਼ ਟੋਟਲੀ ਪੇਨਲੈਸ ਯਸ ਪੰਜ ਚਾਰ ਘੰਟੇ ਮਾਮੂਲੀ ਜਲਣ ਮਾਮੂਲੀ ਰੜਕ ਵਾਲਸਮਾਨ ਰੜਕ ਤੇ ਹਲਕਾ ਜਿਹਾ ਕੜਵਾਟ ਜਿਹਾ ਵਾਲਾ ਪਾਣੀ ਆਉਂਦਾ ਜਿਹਦੇ ਸਾਡੇ ਹਦਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਨਾ ਅੱਖਾਂ ਨੂੰ ਆਪਰੇਸ਼ਨ ਤੋਂ ਬਾਅਦ ਕੁਟਕੇ ਨਾਲ ਵਿੱਚੋਂ ਪਾਣੀ ਅੱਖਾਂ ਨੂੰ ਸਕਵੀਜ਼ ਕਰਕੇ ਕੱਢਣ ਦੀ ਕੋਸ਼ਿਸ਼ ਨਾ ਕਰੋ ਜਿਹੜਾ ਪਾਣੀ ਆਉਂਦਾ ਉਹਨੂੰ ਇੱਥੇ ਇੰਨੇ ਨੂੰ ਜ਼ਰੂ ਪੁੰਝ ਚੱਲੋ ਤੇ ਜਿੰਨਾ ਖੰਬੰਦ ਰੱਖ ਸਕੋਗੇ ਪੰਜ ਚਾਰ ਘੰਟੇ ਲਈ ਬੰਦ ਰੱਖ ਲਓ ਆਫਟਰ ਦੈਟ ਰੈਡ ਕਰੋੜ ਖਤਮ ਹੋ ਜਾਂਦੀ ਹੈ ਤੇ ਯੂ ਸਟਾਰਟ ਸੀਇੰਗ ਕਲੀਅਰ ਜੋ ਸਿਕਰ ਸਾਫ ਦੇਖਣ ਦਾ ਸਵਾਲ ਹੈ ਬਿਹਤਰ ਤਾਂ ਤੁਸੀਂ ਬੈੱਡ ਤੋਂ ਉੱਠਦੇ ਸਾਰ ਹੀ ਦੇਖਣ ਲੱਗ ਜਾਂਦੇ ਹੋ ਕੀ ਬਾਤ ਹੈ ਬੈੱਡ ਤੋਂ ਉੱਠਦੇ ਸਾਰ ਹੀ ਹੂੰ ਔਰ ਅਗਲੇ ਦਿਨ ਤੁਹਾਡੀ ਨਜ਼ਰ ਬਿਲਕੁਲ ਸਾਫ਼ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ ਜੀ ਮੈਂ ਤੁਸੀਂ ਗੱਲ ਕੀਤੀ ਕਿ ਹਲਕੀ ਰੜਕ ਜਿਹੜੀ ਆ ਉਹ ਰਹਿੰਦੀ ਹੈ ਅੱਖਾਂ ਚੋਂ ਪਾਣੀ ਵੀ ਆਉਂਦਾ ਤੇ ਇਹ ਤੇ ਸਾਡੀ ਕਾਇਆ ਕੁਛ ਇਸ ਤਰੀਕੇ ਦੇ ਨਾਲ ਬਣੀ ਹੋਈ ਆ ਆਟੋਮੈਟਿਕਲੀ ਬੰਦੇ ਦਾ ਹੱਥ ਜਿਹੜਾ ਅੱਖਾਂ ਤੇ ਜਾਂਦਾ ਹੋਏਗਾ ਮਲਣ ਦੇ ਲਈ ਮਨਾਹੀ ਹੈ। ਸੋ ਕਿਸ ਤਰੀਕੇ ਦੇ ਨਾਲ ਫਿਰ ਪ੍ਰੋਟੈਕਟ ਕੀਤਾ ਜਾਂਦਾ ਹੈ 19 ਦੇਰ ਤੱਕ ਅੱਖਾਂ ਨੂੰ ਖੁੱਲਾ ਹੀ ਛੱਡਿਆ ਜਾਂਦਾ ਹੈ। ਨਹੀਂ ਪੱਟੀ ਤਾਂ ਨਹੀਂ ਕਰਦੇ ਅਸੀਂ। ਇੱਕ ਪ੍ਰੋਟੈਕਟਿਵ ਟ੍ਰਾਂਸਪੇਰੈਂਟ ਅੰਕਾਂ ਦੇ ਦੇ ਦਿੰਦੀ ਆ। ਅੱਛਾ ਜੀ ਵੀ ਸਿੱਧਾ ਹੱਥ ਇੱਕਦਮ ਹੱਥ ਨਾ ਜਾਵੇ। ਔਰ ਨਾਈਨ ਸਾਨੂੰ ਕਦੇ ਵੀ ਕਿਸੇ ਨੇ ਕਿਹਾ ਕਿ ਜੀ ਮੇਰਾ ਦਸ ਰੁਕਿਆ ਨਹੀਂ ਮੈਂ ਤਾਂ ਲੈ ਗਿਆ ਅੱਜ ਤੱਕ ਨਹੀਂ ਕਦੇ ਕਿਹਾ ਮੈਨੂੰ 25 ਸਾਲ ਹੋ ਗਏ ਕਰਦੋ ਕਿਸੇ ਨੇ ਕਿਹਾ ਜੀ ਮੇਰਾ ਹੱਥ ਨਹੀਂ ਰੁਕਿਆ ਮੈਂ ਤਾਂ ਫਿਰ ਮੜ ਲੀਜੀ ਕਦੇ ਨਹੀਂ ਕਿਹਾ ਕਿਸੇ ਨੇ ਮਤਲਬ ਇੰਨੀ ਜ਼ਿਆਦਾ ਰੜਕਣੀ ਨਹੀਂ ਹਲਕੀ ਬੀ ਤੁਸੀ ਨਹੀਂ ਮੜਨਾ ਤੇ ਅਗਲੇ ਬੈਠੇ ਰਹਿੰਦੇ ਆ ਜੀ ਜਿੰਨਾ ਅੱਖਾਂ ਨੂੰ ਬੰਦ ਰੱਖਾਂਗੇ ਉਨੀ ਰੜ ਕੱਟ ਪਏਗੀ ਹਮ ਠੀਕ ਹੈ ਨਾ ਜੀ ਅਗਲਾ ਸਵਾਲ ਆ ਗਿਆ ਜਿਹੜਾ ਬੜਾ ਇੰਪੋਰਟੈਂਟ ਹੈਗਾ ਤੁਹਾਡੇ ਸਾਰੇ ਸਵਾਲਾਂ ਦੇ ਵਿੱਚੋਂ ਕਿ ਕਿੰਨੇ ਨੰਬਰ ਦੀ ਹਾਂ ਹਾਂ ਨੰਬਰ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਨੰਬਰ -8 ਤੋਂ 8 ਤੱਕ ਇਹ ਹੋ ਸਕਦੀ ਹੈ ओके ਅੱਧੇ ਤੋਂ ਲੈ ਕੇ 8 ਤੱਕ ਅਸੀਂ ਜਾਂ ਪੌਣੋਂ ਤੋਂ ਲੈ ਕੇ 8 ਤੱਕ ਅਸੀਂ ਕਿਤੇ ਵੀ ਆਰਾਮ ਨਾਲ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਤੇ ਹੁਣ ਇਹਨਾਂ ਦੀ ਕੀਮਤ ਦੀ ਗੱਲ ਆ ਗਈ ਸੀ ਕਿੰਨੀ ਕੀਮਤ ਹੈ ਸਭ ਤੋਂ ਜਿਹੜੀ ਹੈ ਮਹਿੰਗੀਆਂ ਲੇਸਿਕ ਹੈਗੀਆਂ ਉਹ ਕੰਟੂਰਾ ਵਿਜ਼ਨ ਤੇ ਸਮਾਈਲ ਨੇ ਸਮਾਈਲ ਦਾ ਸੈਲਿੰਗ ਪੁਆਇੰਟ ਹੈਗਾ ਕਿ ਫਲੈਪ ਨਹੀਂ ਬਣਦਾ ਅੰਦਰੋਂ ਲੈਂਟੀਕਲ ਕੱਢਣਾ ਤੁਸੀਂ ਅਗਲੇ ਦਿਨ ਰੱਬ ਕਰ ਸਕਦੇ ਹੋ ਜੀ ਠੀਕ ਹੈ ਇਹ ਦਾ ਪੁਆਇੰਟ ਸੈਲਿੰਗ ਪੁਆਇੰਟ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਦਾ ਜਿਹੜਾ ਸਪੈਸ਼ਲ ਫੀਚਰ ਸਪੈਸ਼ਲ ਫੀਚਰ ਹੈ ਹਾਂਜੀ ਅਗਲੇ ਦਿਨ ਮਲ ਸਕਦੇ ਹੋ ਠੀਕ ਹੈ ਕੰਟੂਰਾ ਦਾ ਵਿਜ਼ਨ ਇਹ ਹੈ ਕਿ ਇਹਦੇ ਨਾਲ ਸੁਪਰਵੀਜ਼ਨ ਆਉਂਦੀ ਹੈ 10% ਸੁਪੀਰੀਅਰ ਨਜ਼ਰ ਆਉਂਦਾ ਜੀ ਤਾਂ ਵੱਡੂ ਜੀ ਵਾண்ட் ਯੂ ਕੈਨ ਡਿਸਾਈਡ ਅਸਲ ਕਰ ਕੀਮਤ ਦਾ ਸਵਾਲ ਹੈ ਤਕਰੀਬਨ 95 9095000 ਦੀ ਕੰਟੂਰਾ ਵਿਜ਼ਨ ਪੈਂਦੀ ਆ ਆਮ ਪੇਸ਼ੈਂਟ ਨੂੰ ਲਗਭਗ ਇੰਨੇ ਇੱਕ ਦੀ ਸਮਾਈਲ ਪੈਂਦੀ ਹੈ ਸਮਾਈਲ 90000 ਦੇ ਕਰੀਬ ਹੈਗੀ ਹੈ ਕੰਡੂਰਾ 95 ਦੇ ਕਰੀਬ ਹੈਗੀ ਹੈ ਤੇ ਜੇ ਅਸੀਂ ਬਲੇਡ ਫਰੀ ਲੇਸਿਕ ਕਰਨੀ ਹੈ ਹਮ ਬਲੇਡ ਫਰੀ ਲੇਸਿਕ ਉਹ ਪੰਜ 70000 ਰੁਪਏ ਦੀ ਹੈ ਓਕੇ ਜੇ ਬਲੇਡ ਵਾਲੀ ਲਸੇ ਕਰਨੀ ਹੈ ਹੂੰ ਉਹ ਤੇ ਗੁਰੂਨ 35-40000 ਰੁਪਏ ਦੀ ਹੈ ਜੀ ਠੀਕ ਹੈ ਨਾ ਉਹ 35-40000 ਰੁਪਏ ਚ ਹੋ ਜਾਂਦੀ ਹੈ ਸੋ ਇਹ ਹਰ ਇਨਸਾਨ ਆਪਦੀ ਗੁੰਜਾਇਸ਼ ਦੇ ਮੁਤਾਬਕ ਕਰ ਸਕਦਾ ਪਲੱਸ ਕਈ ਅੱਖਾਂ ਦੀ ਕਾਰਨੀਆ ਮੂਰਲੀਆ ਕਾਰਨੀਆ ਆ ਚੀਜ਼ ਇੰਨੀ ਪਤਲੀ ਹੁੰਦੀ ਹੈ ਕਿ ਉਹ ਕਈ ਵਾਰੀ ਬਲੇਡ ਚੱਲਣ ਦੇ ਕਾਬਿਲ ਨਹੀਂ ਹੁੰਦੀ ਬਲੇਡ ਚੱਲਣ ਨਾਲ ਕੰਪਲਿਕੇਸ਼ਨ ਹੋਣ ਦਾ ਡਰ ਹੁੰਦਾ ਸੋ ਇਸੇ ਮਰੀਜ਼ਾ ਤੇ ਅਸੀਂ ਰਾਏ ਦਿੰਨੇ ਆ ਤੁਸੀਂ ਬਲੇਡ ਫਰੀ ਹੀ ਕਰਾਓ ਸੈਕੰਡਲੀ ਜਿੰਨੀਆਂ ਵੀ ਲਸਕ ਆਪਰੇਸ਼ਨ ਦੇ ਦੌਰਾਨ ਵਿੱਚ ਕੰਪਲਿਕੀਸ਼ਨ ਜੁੜੀਆਂ ਹਨ ਜੀ 90% ਆਫ ਦਾ ਕੰਪਲਿਕੀਸ਼ਨ ਆਰ ਐਟ ਦਾ ਫਲੈਪ ਮੇਕਿੰਗ ਸਟੇਜ ਜਿ세 ਫਲੈਪ ਮੇਕਿੰਗ ਸਟੇਜ ਦੇ ਵਿੱਚ ਬਲੇਡ ਨੂੰ ਪਾਸੇ ਕੱਢ ਦਈਏ ਤਾਂ ਕੰਪਲਿਕੀਸ਼ਨ ਰਹਿਤ ਹੋ ਜਾਂਦੀ ਹੈ ਤੇ ਇਹ ਜਿਹੜਾ ਫਲੈਪ ਬਲੇਡ ਫਰੀ ਵਾਲਾ ਇੰਨਾ ਇੰਨਾ ਅੱਛਾ ਬਣਿਆ ਹੁੰਦਾ ਇੰਨਾ ਵੈਲ ਐਂਗੂਲੇਟਡ ਹੁੰਦਾ ਕਿ ਇਹ ਸੰਚਿਤ ਨਾਲ ਦੇ ਨਾਲ ਫਿੱਟ ਹੋ ਜਾਂਦਾ ਜੋ ਨਾਲ ਦੇ ਨਾਲ ਉਹਦੀ ਯੂਨੀਅਨ ਟਾਈਮ ਉਹਦਾ ਕੋਹੀਜਨ ਟਾਈਮ ਜਿਹੜਾ ਹੈ ਉਹਦਾ ਰੀਜਨ ਟਾਈਮ ਬਹੁਤ ਹੀ ਕੁਇਕ ਹੈ ਤੇ ਨਾਲ ਦੇ ਨਾਲ ਉਹ ਪੇਸ਼ੈਂਟ ਠੀਕ ਮਹਿਸੂਸ ਕਰਨ ਲੱਗ ਜਾਂਦਾ ਜੀ ਠੀਕ ਹੈ ਅੱਛਾ ਡਾਕਟਰ ਸਾਹਿਬ ਉਮਰ ਦਾ ਕਿੰਨਾ ਕੁ ਅਸੀਂ ਕਹੀਏ ਵੀ ਕਦੋਂ ਅਸੀਂ ਕਿਹੜੀ ਉਮਰ ਦੇ ਵਿੱਚ ਕਰ ਸਕਦੇ ਆ ਜਾਂ ਕਿਹੜੀ ਉਮਰ ਦੇ ਵਿੱਚ ਨਹੀਂ ਕਰ ਸਕਦੇ ਆਪਰੇਟ ਮੈਂ ਹੀ ਹੁਣੇ ਰਿਕੁਐਸਟ ਕਰਕੇ ਹਟਿਆ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਕਰਨੀ ਜੀ ਮੋਟੀ ਮੋਟੀ ਗੱਲ ਹੈ ਜੀ 18 ਤੋਂ ਪਹਿਲਾਂ ਕਰਨੀ ਨਹੀਂ ਅਸੀਂ ਹਰ ਮਰੀਜ਼ ਨੂੰ ਇਹ ਦੱਸਦੇ ਹਾਂ ਕਿ ਲੇਸਿਕ 레이జర్ ਨੰਬਰ ਨੂੰ ਖਤਮ ਕਰਨ ਦਾ ਨਾਮ ਹੈ ਨੰਬਰ ਨੂੰ ਹੋਰ ਭਵਿਕ ਵਿੱਚ ਤਬਦੀਲ ਹੋਣ ਤੋਂ ਰੋਕੇ ਜਾਣ ਦਾ ਨਾਮ ਨਹੀਂ ਹੈ ਹੂੰ ਭਵਿਕ ਵਿੱਚ ਤੋਂ ਰੁਕਣਾ ਹੈ ਤੁਹਾਡੇ ਡੀਐਨਏ ਨੇ ਤੁਹਾਡੇ ਜੀਨਸ ਨੇ ਅੱਜ ਜੋ ਨੰਬਰ ਹੈ ਖਤਮ ਜੇ ਅੱਜ 5 ਨੰਬਰ ਹੈ ਲੇਸਿਕ 레이జర్ ਦਾ ਮਰੀਜ਼ ਦੀ ਉਮਰ 25 ਸਾਲ ਹੈ ਤੇ 5 ਦਾ 5 ਖਤਮ ਜੇ ਉਹਦੇ ਜੀਨਸ ਵਿੱਚ ਲਿਖਿਆ ਹੋਵੇ ਮੰਨ ਲਓ ਕਉ ਜਦ 30 ਸਾਲ ਤੇ ਹਵਾ ਪੰਜ ਹੋਣਾ ਅਸੀਂ ਪੰਜ ਰਿਮੂਵ ਕੀਤਾ ਤੇ 0.25 ਯਾਨੀ ਕਿ ਚੌਥਾ ਹਿੱਸਾ ਆ ਸਕਦਾ ਹੈ ਜੇ ਲੇਸਿਕ ਲੇਜ਼ਰ ਕਰਨ ਵਾਲੇ ਨੰਬਰ ਉਕਦਾ ਹੁੰਦਾ ਸੀ 15 ਸਾਲ ਦੀ ਉਮਰ ਚ ਕਰ ਦਿੰਦੇ ਅਸੀਂ ਜੋ ਦੂਰ ਨੰਬਰ ਚ ਉਹਦੇ ਨੇ ਵੇਟ ਦਿੰਦੇ ਜੀ ਸੋ ਅਸੀਂ ਕਰਨਾ ਹੀ ਓਦੋਂ ਜਦੋਂ ਵਿਗਿਆਨ ਦੀਆਂ ਇਹ ਹਦਾਇਤਾਂ ਨੇ ਜਦੋਂ ਨੰਬਰ ਤੁਹਾਨੂੰ ਲੱਗੇ ਫਿਰ 6 ਮਹੀਨੇ ਸਾਲ ਤੋਂ ਸਟੇਬਲ ਆ ਤੇ ਉਮਰ 18 ਸਾਲ ਤੋਂ ਜ਼ਿਆਦਾ ਹੈ ਹਮ ਪਰ ਜੇ 30 ਸਾਲ ਦੇ ਬੰਦੇ ਦਾ ਇਹ 35 ਸਾਲ ਦੇ ਬੰਦੇ ਦਾ ਅੱਧਾ ਨੰਬਰ ਆ ਵੀ ਗਿਆ ਨਾ ਉਹਨੂੰ ਕੁਝ ਨਹੀਂ ਕਹਿੰਦਾ ਪ੍ਰੈਕਟੀਕਲੀ ਇਹ ਓਕੇ ਉਹਨੂੰ ਮਹਿਸੂਸ ਵੀ ਨਹੀਂ ਹੁੰਦਾ ਰਾਦਰ ਉਹਦੀ ਨੇੜੇ ਦੀ ਨਗਾ ਹੋਰ ਸ਼ਾਰਪ ਹੋ ਜਾਂਦੀ ਹੈ ਜਿਹੜੀ ਇਹਨ ਕੋਲ 40 ਸਾਲ ਤੇ ਲਾਉਣੀ ਸੀ ਅਖਬਾਰ ਪੜ੍ਹਨ ਵਾਸਤੇ ਉਹਨੂੰ 45 48 ਆ 50 ਸਾਲ ਤੇ ਲਾਊਗਾ ਜੀ ਹੁਣ ਅਗਲੀ ਗੱਲ ਹੈ ਜਿਹੜੇ ਮਰੀਜ਼ਾਂ ਦੇ ਨੰਬਰ 9 10 11 12 14 ਵੀ ਉਹ ਕਿੱਥੇ ਜਾਣਗੇ ਜੀ ਜਾਂ ਜਿਨ੍ਹਾਂ ਦੀ ਕਾਰਨੀਆ ਬਹੁਤ ਪਤਲੀ ਹੈ ਜਿਨ੍ਹਾਂ ਦੇ ਲਈ ਸਕਲੇਦਰ ਹੋ ਹੀ ਨਹੀਂ ਸਕਦੀ 10% ਪਪੂਲੇਸ਼ਨ ਹੈ ਦੋ ਵੀ ਜ਼ਿਆਦਾ ਜਿਨ੍ਹਾਂ ਦੇ ਲਈ ਸਕਲੇਦਰ ਹੋ ਹੀ ਨਹੀਂ ਸਕਦੀ ਅੱਛਾ ਜੀ ਜਾਂ ਤਾਂ ਨੰਬਰ 3 ਨਾ ਮੰਨ ਲਓ ਇਹ ਬਹੁਤ ਪਤਲੀ ਹੈ ਨਾ ਇਹ ਬਲੇਡ ਫਰੀ ਹੋਵੇ ਨਾ ਇਹ ਸਮਾਈਲ ਹੋਵੇ ਨਾ ਇਹ ਲੈਸਿਕ ਹੋਵੇ ਕੁਝ ਨਹੀਂ ਹੁੰਦਾ ਫਿਰ ਉਹ ਕਿੱਥੇ ਜਾਣ ਉਹ ਕੀ ਕਰਨ ਯਸ ਜਾਂ ਨੰਬਰ 12 ਆ ਗਿਆ 13 ਆ ਗਿਆ 14 ਆ ਗਿਆ ਤੋਂ ਉਹਨਾਂ ਦੇ ਅਸੀਂ ਸਪੈਸ਼ਲ ਕੰਟੈਕਟ ਲੈਂਸ ਪਾਉਨੇ ਆ ਅੱਖ ਦੇ ਵਿੱਚ ਹੂੰ ਕੁਦਰਤੀ ਲੈਂਸ ਦੇ ਮੁਰੇ ओके ਤੇ ਉਹਨੂੰ ਅਸੀਂ ਇੰਗਲਿਸ਼ ਚ ਕਹਿੰਦੇ ਆ ਇੰਪਲਾਂਟੇਬਲ ਕੰਟੈਕਟ ਲੈਂਸ ਇੰਪਲਾਂਟੇਬਲ ਕੰਟੈਕਟ ਲੈਂਸ ਕਈ ਕੰਟੈਕਟ ਕਹਿੰਦੇ ਨੇ ਕਿ ਕੋਲੇਮਰ ਕਹਿੰਦੇ ਨੇ ਕੋਲੇਮਰ ਇੱਕ ਮਟੀਰੀਅਲ ਦਾ ਨਾਮ ਹੈ ਜੀ ਤੇ ਉਹ ਲੈਂਸ ਅੱਖ ਦੇ ਵਿੱਚ ਪਾਉਨੇ ਪਰਮਨੈਂਟਲੀ ਉਹਦੇ ਲਈ ਅੱਖ ਦੀ ਪਹਿਲਾਂ ਅਸੀਂ ਮੈਡੀਕਲ ਕਰਦੇ ਆ ਕਿ ਇਹ ਅੱਖ ਆਈਸੀਐਲ ਯਾਨੀ ਕਿ ਇੰਪਲਾਂਟੇਬਲ ਕੰਟੈਕਟ ਲੈਂਸ ਪਾਉਣ ਦੇ ਵੀ ਕਾਬਿਲ ਹੈ ਕਿ ਨਹੀਂ ਜਿਹੜੇ ਚੈਂਬਰ ਦੇ ਵਿੱਚ ਜਿਹੜੇ ਖਾਨੇ ਦੇ ਵਿੱਚ ਕੰਟੈਕਟ ਲੈਂਸ ਨੇ ਜਾਣਾ ਕਿ ਉਸ ਖਾਨੇ ਦੀ ਡੂੰਘਾਈ ਉਸ ਖਾਨੇ ਦੇ ਵਿੱਚ ਨੇ ਗੁੰਜਾਇਸ਼ ਹੈ ਕਿ ਉਸੇ ਲੈਂਸ ਆ ਸਕੇ ਇਹ ਵੱਖਰੇ ਵੱਖਰੇ ਟੈਸਟਾਂ ਜਿਹੜੀਆਂ ਟੈਸਟ ਅਸੀਂ ਕੀਤੇ ਹੈ ਨਾ ਟੈਸਟਾਂ ਚ ਆ ਜਾਂਦਾ ਕਿ ਡੁੰਗਾਈ ਇੰਨੀ ਹੈ ਕਿ ਨਹੀਂ ਜੀ ਤਾਂ ਫਿਰ ਅਸੀਂ ਆਈ ਸੀ ਐਲ ਪਾ ਦਿੰਨੇ ਆਈ ਸੀ ਐਲ ਇੱਕ ਬਿਲਕੁਲ ਪੱਤੇ ਵਰਗਾ ਹੁੰਦਾ ਕੰਟੈਕਟ ਲੈਂਸ ਵਰਗਾ ਹੁੰਦਾ ਇਹ ਅੱਖ ਦੀ ਤਸਵੀਰ ਹੈ ਵੱਖਰੀ ਤਸਵੀਰ ਹੈ ਜੇ ਆਹ ਹਲਕਾ ਜਿਹਾ ਆਈ ਸੀ ਐਲ ਹੈ ਹਾਂ ਹਮ ਰੋੜ ਰਹੇ ਆ ਪਤਾ ਨਹੀਂ ਤੁਹਾਡੇ ਫੋਕਸ ਸ਼ਾਇਦ ਆ ਰਿਹਾ ਹੋਵੇਗਾ ਇਹਨੂੰ ਅਸੀਂ ਫੋਲਡ ਕਰਕੇ ਨੱਕੇ ਜਨੇ ਸੁਰਾਖ ਦੇ ਵਿੱਚੋਂ ਐ ਫੋਲਡ ਕਰਕੇ ਐ ਵਿੱਚ ਪਾ ਦਿੰਦੇ ਅੰਦਰ ਜਾ ਕੇ ਖੁੱਲ ਜਾਂਦਾ ਆ ਗਿਆ ਇਹ ਸਾਡਾ ਕੁਦਰਤੀ ਲੈਂਸ ਹੈ ਜੀ ਆਪਿਆ ਇਹ ਸਲੈਂਸ ਦੇ ਮੂਰੇ ਆਪਿਆ ਇਹ ਸਾਰੇ ਮੂਰੇ ਆਪਿਆ ਰੰਦਾ ਸਭ ਤੋਂ ਕੀਮਤੀ ਹੈ ਨਿਗਾਹ ਜੀ ਨਿਗਾਹ ਨਾਲੋਂ ਅੱਛੀ ਨਜ਼ਰ ਨਾਲੋਂ ਸਭ ਕੁਝ ਸਸਤਾ ਕਾਰਨੀਆ ਖਰਾਬ ਹੋ ਜਾਵੇ ਅਸੀਂ ਇਹ ਅੱਖ ਲੇਜ਼ਰ ਦੇ ਕਾਬਲ ਨਹੀਂ ਕੀਤੇ ਅਸੀਂ ਕਰ ਦਈਏ ਜੀ ਤਾਂ ਇਹ ਬਜ਼ਾਰੋਂ ਨਹੀਂ ਮਿਲਦੀ ਨਵੇਂ ਹੂੰ ਇਹ ਆਈਸੀਐਲ ਮੰਨ ਲਓ ਖਰਾਬ ਹੁੰਦਾ ਕਦੇ ਹੋਇਆ ਨਹੀਂ ਬਸ ਜੀ ਤਾਂ ਕਦੇ ਵੀ ਕੱਢਿਆ ਜਾ ਸਕਦਾ ਨੋ ਪ੍ਰੋਬਲਮ ਇਹ ਬਾ ਜੁਨਰ ਦੇ ਬਾਜ਼ਾਰ ਨੂੰ ਨਾ ਮਿਲਦਾ ਰੋਜ਼ ਜੀ ਇਹ ਮੋਤੀਆ ਸਫੇਦ ਹੋ ਜੇ ਬਾਜ਼ਾਰ ਨੂੰ ਰੋਜ਼ ਨਵਾਂ ਲੈ ਨਹੀਂ ਮਿਲਦਾ ਬਾਦ ਇਹ ਸੋ ਇਹ ਚੀਜ਼ਾਂ ਰਿਪਲੇਸਿਬਲ ਨੇ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਗੇ ਮੈਨੇਜੇਬਲ ਸਾਈਡ ਇਫੈਕਟਸ ਨੇ ਜੀ ਸਾਈਡ ਜਦ ਤੁਸੀਂ ਕਹੋ ਜੀ ਰਿਲੇਸ ਕੋਈ ਐਸੀ ਚੀਜ਼ ਹੈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਮੈਨ ਕੋਈ ਨਹੀਂ ਕੋਈ ਨਹੀਂ ਇਹ ਜ਼ਿੰਦਗੀ ਇਹ ਜ਼ਿੰਦਗੀ ਸਾਈਡ ਇਫੈਕਟ ਨਾ ਬੱਝੀ ਆ ਅਸੀਂ ਰੋਜ਼ ਸਾਈਡ ਤੇ ਇੰਜੈਕਸ਼ਨ ਲਾਉਨੇ ਪਾਸੇ ਤੇ ਟਿਕਾ ਲਾਉਨੇ ਆ 10000 ਮਗਰ 1 ਲੱਖ ਮਗਰ 50000 ਮਗਰ 1 ਟਿਕਾ ਪੱਕ ਹੋ ਜਾਂਦਾ ਸਾਨੂੰ ਉਹਦਾ ਵੱਖਰੇ ਤੌਰ ਤੇ ਲਾਜ਼ਮੀ ਕਰਨਾ ਪੈਂਦਾ ਕਈ ਵਾਰੀ ਸਿਮਿਲਰਲੀ ਅਸੀਂ ਉਸ ਪਾਸੇ ਜਾਣਾ ਜਿਹਦੇ ਸਾਈਡ ਇਫੈਕਟ ਸਭ ਤੋਂ ਘੱਟ ਹੋਣ ਸਭ ਤੋਂ ਘੱਟ ਹੋਣ ਜੇ ਇਹ ਕਾਰਨੀਅਲ ਲੇਜ਼ਰ ਦੇ ਕਾਬਿਲ ਨਹੀਂ ਗਈ ਤਾਂ ਆਈਸੀਐਲ ਜਿਹੜਾ ਹੈ ਜਿਹੜਾ ਕਿ ਬਹੁਤ ਹੀ ਅੱਛੀ ਵਿਜਨ ਦਿੰਦਾ ਹੈ ਸਮ ਟਾਈਮ ਇਵਨ ਬੈਟਰ ਦੈਨ ਲੇਸਿਕ ਦਿੰਦਾ ਜੇ ਨੰਬਰ ਹੀ ਇੰਨਾ ਜ਼ਿਆਦਾ ਹੈ ਤੇ ਲੇਸਿਕ ਨੇ 8 ਤੋਂ ਜ਼ਿਆਦਾ ਕਰਾਂਗੇ ਤਾਂ ਕੋਈ ਨਾ ਕੋਈ ਨਜ਼ਰ ਦੇ ਵਿੱਚ ਗਰਾਉਟ ਆ ਜਾਣੀ ਆਈਸੀਐਲ ਨਾਲ ਨਜ਼ਰ ਦੀ ਕੁਆਲਟੀ ਉਨੀ ਬਰਕਰਾਰ ਰਹਿਣੀ ਹੈ ਜੀ ਉਨੀ ਬਰਕਰਾਰ ਰਹਿਣੀ ਹੈ ਉਹ ਮੈਕਸਿਮਮ ਕਿੰਨੇ ਨੰਬਰ ਤੱਕ ਅਸੀਂ ਜਾ ਸਕਦੇ ਆਈਸੀਐਲ ਅਸੀਂ 20 ਨੰਬਰ ਤੱਕ ਪਾ ਦੇ ਜੀ ओके okay. बी वाई वाई नंबर तक ਪਾ ਦਿਦਾ ਹੁੰਦਾ 24 ਤੱਕ ਹੈ 24 ਤੱਕ ਆਮ ਜਿੰਨੇ ਨੰਬਰ 22 24 ਤੱਕ ਆਮ ਪਾ ਬੀ वाई ਜੋ ਵੀ ਤੱਕ ਆਮ ਪਾ ਇਹ ਇਸ ਦੇ ਵਿੱਚ ਵੀ ਆ ਤੁਸੀਂ ਲੈ ਕੇ ਆਏ ਸੀਗੇ ਇਹ ਵੀ ਮੈਂ ਚਾਹਾਂਗਾ ਜੇ ਦਰਸ਼ਕਾਂ ਨੂੰ ਸਮਝ ਆ ਸਕੇ ਫੋਕਸ ਇਹ ਤਾਂ ਘੁੰਮ ਰਿਹਾ ਇਹਦੇ ਵਿੱਚ ਨਿਕਾ ਜਾ ਬਿਲਕੁਲ ਛੋਟਾ ਜਿਹਾ ਤੁਹਾਨੂੰ ਕੈਮਰੇ ਦੇ ਵਿੱਚ ਕੁਝ ਨਹੀਂ ਆ ਰਿਹਾ ਉੱਡਿਆ ਫਿਰਦਾ ਹੈ ਪਾਣੀ ਦੇ ਵਿੱਚ ਜਸਟ ਉਹਦਾ ਰੈਪਲੀਕਾ ਐਗਜ਼ੈਕਟ ਹੈਗਾ ਇਹ ਜੀ ਇੰਨਾ ਮਹੀਨ ਹੈ ਕਿ ਨਜ਼ਰ ਆਉਣਾ ਵੀ ਮੁਸ਼ਕਲ ਹੈ ਅਸੀਂ ਉਹਨੂੰ ਇਦਾਂ ਦੇ ਇੰਜੈਕਸ਼ਨ ਦੇ ਵਿੱਚ ਲੋਡ ਕਰਕੇ ਇੱਥੇ ਜਾਣਾ ਇੱਥੋਂ ਅਸੀਂ ਆ ਬਟਨ ਆਪਣਾ ਇਹਨੇ ਬਸ ਅੱਖ ਚ ਲੱਗਿਆ ਆਪਣੇ ਆਪ ਇਹਨੇ ਉਸ ਜਗ੍ਹਾ ਤੇ ਚਲੇ ਜਾਣਾ ਹਮ ਮਤਲਬ ਇਹ ਟੱਚ ਵੀ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਜੇ ਨਿਕਾਜ ਬਣਾ ਕੇ ਮਹੀਨ ਸੁਰਾਖ ਕਰਕੇ ਸੁਰਾਖ ਨਾਲ ਕੋਈ ਸ਼ਬਦ ਥੋੜਾ ਡਰਾਉਣਾ ਥੋੜਾ ਜਿਹਾ ਇਨਸੀਜਨ ਮਾਈਕਰੋਨਸੀਜਨ ਦੇ ਕੇ ਵਿੱਚ ਚਲੇ ਜਾਣਾ ਉਹ ਉਦੋਂ ਹੀ ਸੀਲ ਹੋ ਜਾਂਦਾ ਨਾਲ ਦੀ ਨਾਲ ਸੋ ਇਸ ਤੋਂ ਬਾਅਦ ਵੀ ਜਿਹੜੀ ਇੱਕ ਰਿਕਵਰੀ ਹੈਗੀ ਹੈ ਜਾਂ ਪੇਸ਼ੈਂਟ ਦੀ ਨਾਰਮਲ ਉਸ ਨੂੰ ਦਿਖਣਾ ਜਾਂ ਕੁਝ ਨਾ ਨਾ ਸਿੰਪਟਮ ਕੋਈ ਕੁਝ ਚੀਜ਼ ਹੈ ਔਰ ਇਹਦੇ ਵਿੱਚ ਲੇਸਿਕ ਲੇਜ਼ਰ ਦੇ ਵਿੱਚ ਜਾਂ ਕੰਟੂਰਾ ਜਾਂ ਸਮਾਈਲ ਚ ਡਰਾਈਨੈਸ ਰਹਿੰਦੀ ਹੈ ਜੀ ਥੋੜੀ ਖੁਸ਼ਕੀ ਰਹਿੰਦੀ ਹੈ ਜਿਹੜੀ ਕਿ 2-3 ਮਹੀਨੇ ਚੱਲਦੀ ਹੈ ਹਮਮ ਹੌਲੀ-ਹੌਲੀ ਤਿੰਨ ਕਈ ਨੂੰ 4-4 ਮਹੀਨੇ ਚੱਲਦੀ ਹੈ ਹੌਲੀ-ਹੌਲੀ ਅਸੀਂ ਜਾਂਦੀ ਹੈ ਅਸੀਂ ਉਸ ਸਮੇਂ ਦੇ ਦੌਰਾਨ ਮਰੀਜ਼ ਨੂੰ ਕਹਿੰਨੇ ਆ ਭਾਈ ਮੋਇਸਚਰਾਈਜ਼ਰ ਜਾਂ ਲੂਬ੍ਰਿਕੈਂਟ ਪਾਉਂਦੇ ਰਹੋ ਤਾਂ ਕਿ ਤੁਹਾਨੂੰ ਖੁਸ਼ਕੀ ਦੀ ਮੁਸ਼ਕਲ ਦਰپیش ਨਾ ਆਵੇ ਜਾਂ ਘਟਾਵੇ ਜੀ ਆਈਸੀਐਲ ਦੇ ਵਿੱਚ ਕੋਈ ਖੁਸ਼ਕੀ ਨਹੀਂ ਕੋਈ ਗੁਲ ਨਹੀਂ ਆਈਸੀਐਲ ਜਮੀਨਾ ਡਿਡ ਮਿਨਾ ਦਵਾਈ ਭਾ ਕੇ ਬੰਦ ਹੋ ਜਾਂਦੀ ਥੈਟਸ ਆਲ ਰਾਈਟ ਆਈਸੀਐਲ ਮਹਿੰਗਾ ਵੀ ਹੈ ਆਈਸੀਐਲ ਮਹਿੰਗਾ ਖੜੇ ਪੈਰ ਉਸੇ ਵੇਲੇ ਮਰੀਜ਼ ਆਵੇ ਜੀ ਮੇਰੇ ਕੋਲ ਟਾਈਮ ਘਟਾ ਤੇ ਮੇਰੇ ਕੱਲ ਨੂੰ ਬਾਜੂ ਆਇ ਨਹੀਂ ਪੈਂਦਾ ਪਹਿਲਾਂ ਦਾ ਮਾਪ ਲਈਦਾ ਮਾਪ ਲੈ ਕੇ ਦਾ ਆਰਡਰ ਕਰੀਦਾ ਫਿਰ ਉਸ ਆਰਡਰ ਦੇ ਮੁਤਾਬਕ ਕੇ ਆਉਂਦਾ ਆਉਣ ਚ 5 7 8 ਦਿਨ ਲੱਗਦੇ ਨੇ ਹਮ ਔਰ ਇਹਦੀ ਕੀਮਤ ਬੜੀ ਵੇਰੀਏਸ਼ਨ ਕਰਦੀ ਹੈ ਇਹ ਤਕਰੀਬਨ ਤੁਸੀਂ ਕਹੋ ਹਾਂ ਇੰਡੀਅਨ ਜਿਹੜੇ ਆ ਉਹ ਸਸਤੇ ਨੇ ਲੱਖ ਸਵਾਂ ਲੱਖ ਤੋਂ ਸ਼ੁਰੂ ਹੋਏ ਤੇ ਇੰਪੋਰਟਡ ਵੈਰਾਈਟੀ ਜਿਹੜੀ ਹੈ ਉਹ ਡੇਢ ਪੌਣੇ 2 ਲੱਖ ਤੱਕ ਦੀ ਹੈ ਸੋ ਕੁਝ ਫਰਕ ਵੀ ਹੈ ਇੰਡੀਅਨ ਤੇ ਜਿਹੜੀ ਇੰਪੋਰਟਡ ਵੈਰਾਈਟੀ ਦੇ ਵਿੱਚ ਦੇਖੋ ਇੰਡੀਅਨ ਜਿਹੜਾ ਹੁਣ ਕਿਸੇ ਵਾਸਤੇ ਘਟਨੀ ਆ ਕਹੀਏ ਬਹੁਤ ਅੱਛੇ ਬਣਦੇ ਨੇ ਪਰ ਜਿਹੜਾ ਉਹ ਮਟੀਰੀਅਲ ਹੈ ਜਿਹੜੀ ਕੰਪਨੀ ਬਾਹਰੋਂ ਮੁਲਕ ਦੀ ਬਣਾਉਂਦੀ ਹੈ ਉਹਨੇ ਕੀ ਫਰਕ ਹੈ ਔਰ ਇੰਡੀਅਨ ਕੰਪਨੀਆਂ ਆ ਟ੍ਰਾਈਿੰਗ ਟੂ ਕੈਚ ਅਪ ਐਟ ਅ ਵੈਰੀ ਫਾਸਟ ਪੇਸ ਪਰ ਸਟਿਲ ਜਿਹੜੇ ਬਹੁਤੇ ਹੈ ਲੋਕ ਉਹਨੂੰ ਤਰਜੀਹ ਦਿੰਦੇ ਨੇ ਜੀ ਪਰ ਇੰਡੀਅਨ ਵੀ ਹੁਣ ਜਿਹੜੇ ਤੁਸੀਂ ਕਹੋ ਕਿ ਬਿਲਕੁਲ ਸ਼ਾਨਾ ਬਸ਼ਾਨਾ ਨਾਲ ਸੱਗ ਰਲਣ ਵਾਲੇ ਆ ਤੇ ਕੋਈ ਬਹੁਤ ਫਰਕ ਹੈ ਨਹੀਂਗਾ ਪਰ ਉਹਨਾਂ ਚ ਕੋ ਕਸਟਮ ਡਿਊਟੀ ਪੈ ਗਈ ਇਹ ਹੋ ਗਿਆ ਉਹ ਹੋ ਗਿਆ ਕੋਸਟ ਫੈਕਟਰ ਦਾ ਕੁਝ ਉਹਦੇ ਹੁੰਦੇ ਹੀ ਨਹੀਂ ਸੋ ਜਿਹੜੇ ਸਾਡੇ ਬਹੁਤ ਸਾਰੇ ਦਰਸ਼ਕ ਵਿਦੇਸ਼ਾਂ ਦੇ ਵਿੱਚੋਂ ਦੇਖ ਰਹੇ ਨੇ ਜੇਕਰ ਕਿਸੇ ਨੇ ਵਿਦੇਸ਼ ਦੇ ਵਿੱਚੋਂ ਆ ਕੇ ਕਰਾਣਾ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ ਇਸ ਦੇ ਵਿੱਚ ਥੋੜਾ ਜਿਹਾ ਲੈਂਦੀ ਪ੍ਰੋਸੈਸ ਹੈ ਤੇ ਜਿਹੜਾ ਕੰਟੂਰਾ ਵਿਜ਼ਨ ਹੈਗਾ ਉਸ ਦੇ ਵਿੱਚ ਜਿਆਦਾ ਸਮਾਂ ਨਹੀਂ ਲੱਗਦਾ ਸੋ ਪਹਿਲੀ ਗੱਲ ਤਾਂ ਕਿ ਕੀ ਡਾਇਗਨੋਸ ਤੁਸੀਂ ਪਹਿਲਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਜਾਂ ਫਿਰ ਪਹਿਲਾਂ ਇੱਕ ਵਾਰੀ ਇੰਡੀਆ ਆਣਾ ਪਏਗਾ ਉਹਨਾਂ ਨੂੰ ਫਿਰ ਆ ਕੇ ਡਾਇਗਨੋਸ ਹੋਏਗਾ ਤੇ ਦੇਖਿਆ ਜਾਏਗਾ ਕਿ ਕਿਹੜਾ ਪ੍ਰੋਸੀਜਰ ਉਹਨਾਂ ਦੇ ਲਈ ਹੈਲਪਫੁਲ ਰਹੇਗਾ ਕਿਸ ਤਰੀਕੇ ਦੇ ਨਾਲ ਜਿਹੜੇ ਵਿਦੇਸ਼ਾਂ ਚੋਂ ਸਾਡੇ ਇੱਕ ਵਾਰ ਤਾਂ ਦੇਖਣਾ ਹੀ ਚਾਹੀਦਾ ਕਿਉਂਕਿ ਜਦੋਂ ਅਸੀਂ ਮੰਨ ਲਓ ਲੇਸਕਲੇਜ਼ਰ ਵੀ ਕਰਨੀ ਹੈ ਕਿਹੜੀ ਲੇਸਕਲੇਜ਼ਰ ਹੋਣੀ ਹੈ ਉਹਨਾਂ ਦੀ ਅੱਖ ਲੇਸਰ ਦੇ ਕਾਬਿਲ ਹੈ ਕਿ ਨਹੀਂ ਜਿੰਨਾ ਚਿਰ ਅਸੀਂ ਟੈਸਟ ਨਹੀਂ ਕਰਦੇ ਟੋਪੋਗ੍ਰਾਫੀ ਸਟਡੀ ਨਹੀਂ ਕਰਦੇ ਸਾਨੂੰ ਨਹੀਂ ਪਤਾ ਲੱਗਦਾ ਜਾਂ ਕਿਸੇ ਨੇ ਉੱਥੋਂ ਬਹੁਤ ਆਥੈਂਟੀਕੇਟਿਡ ਟੋਪੋਗ੍ਰਾਫਿਕ ਸਟਡੀ ਸਾਨੂੰ ਭੇਜੀ ਹੋਵੇ ਫੋਟੋਆਂ ਖਿਚਾ ਕੇ ਬਾਹਰ ਅਨਵੈਸਟੀਗੇਸ਼ਨ ਭੇਜੀਆਂ ਹੋਣ ਫਿਰ ਤਾਂ ਉਹਨਾਂ ਦੇ ਆਧਾਰ ਤੇ ਦੱਸ ਦਿੰਨੇ ਆ ਪਰ ਉਹ ਤੋਂ ਕਈ ਵਾਰੀ ਉਹਨੀਆਂ ਆਥੈਂਟੀਕੇਟਿਡ ਟੈਸਟ ਆ ਵਾਰ ਬਾਰ ਕਈ ਵਾਰੀ ਹਰਕ ਨੂੰ ਆਫ ਦਾ ਟੇਬਲ ਨਹੀਂ ਮਿਲਦੇ ਉਹਨੇ ਵੱਖਰੀਆਂ ਅਪਾਇੰਟਮੈਂਟ ਦਾ ਸਿਸਟਮ ਹੈ ਤਾਂ ਜੀ ਜੀ ਤਾਂ ਬਿਹਤਰ ਤੇ ਹੁੰਦਾ ਕਿ ਅਸੀਂ ਆਪ ਚੈੱਕ ਕਰੀਏ ਮੰਨ ਲਓ ਕੋਈ ਟੋਪ ਦੀ ਲੇਜ਼ਰ ਕਰਨੀ ਹੈ ਫਿਰ ਇਸ ਸਾਡੇ ਕੰਡੂਰਾ ਵਿਜਨ ਦੇ ਪ੍ਰੋਫਾਈਲ ਮਸ਼ੀਨ ਚ ਜਾਣਾ ਉਹਦੇ ਮੁਤਾਬਕ ਹੀ ਫਾਇਰਿੰਗ ਹੋਣੀ ਹੈ ਆਉਣਾ ਹੀ ਚਾਹੀਦਾ ਜੇ ਮੰਨ ਲਓ ਕਿਸੇ ਨੇ ਲੇਸਿਕ ਲੇਜ਼ਰ ਹੋਣੀ ਹੈ ਤਾਂ ਅੱਜ ਅਸੀਂ ਟੈਸਟ ਕੀਤਾ ਤਾਂ ਕੱਲ ਨੂੰ ਹੋ ਜਾਣੀ ਹੈ ਓਕੇ ਆਈਸੀਐਲ ਇੰਪਲਾਂਟੇਬਲ ਕੰਟੈਕਟ ਲੈਂਸਸ ਤਰਨੀ ਪੈਂਦਾ ਉਹਦੇ ਲਈ ਸਾਨੂੰ ਹਫਤੇ ਦਾ 10 ਦਿਨ ਦਾ ਸਮਾਂ ਚਾਹੀਦਾ ਅੱਜ ਚੈੱਕ ਕੀਤਾ ਲੈਂਜ਼ ਆਰਡਰ ਕਰਾਂਗੇ ਕੱਲ ਨੂੰ ਤੇ 5 5-7 ਦਿਨ ਆਉਣ ਤੇ ਲੱਗਣਗੇ ਫਿਰ ਅਸੀਂ ਕਰਾਂਗੇ ਤੇ ਇਹਦਾ ਸਿਸਟਮ ਇਹ ਹੈ ਅਗਲੇ ਸਵਾਲ ਇੱਕ ਹੋਰ ਆਉਂਦਾ ਜੀ ਕੁਝ ਖਾਸ ਵਰਗ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਆ ਜਿਨ੍ਹਾਂ ਦੇ ਲਈ ਸਕੈਲਰ ਨਹੀਂ ਹੋ ਸਕਦੀ ਇਹ ਚੀਜ਼ ਪਤਲੀ ਆ ਜਾਂ ਕੋਈ ਹੌਟਸਪੌਟ ਨੇ ਇਹਦੇ ਵਿੱਚ ਉਹਦੇ ਲਈ ਕਾਬਲ ਨਹੀਂ ਹੈ ਹਮ ਤੇ ਇਹ ਜਿਹੜੇ ਖਾਨੇ ਦੇ ਵਿੱਚ ਆਈਸੀਐਲ ਨੇ ਟਿਕਣਾ ਆ ਟਿਕ ਗਿਆ ਇਹ ਖਾਨਾ ਵੀ ਪ੍ਰੋਪਰ ਡੁੰਗਾਈ ਵਾਲਾ ਨਹੀਂਗਾ ਇੱਥੇ ਵੀ ਮੁਸ਼ਕਲ ਆ ਰਹੀ ਹੈ ਉਹਨਾਂ ਦੇ ਆਈਸੀਐਲ ਵੀ ਨਹੀਂ ਪੈਂਦਾ ਅੱਛਾ ਫਿਰ ਉਹਨਾਂ ਦੇ ਲਈ ਯੈਸ ਉਹ ਕੀ ਕਰਨ ਉਹਨਾਂ ਦੇ ਲਈ ਅਗਲਾ ਸਵਾਲ ਹੁੰਦਾ ਉਹਨਾਂ ਲਈ ਅਸੀਂ ਨੈਚੁਰਲ ਲੈਂਸ ਰਿਪਲੇਸ ਕਰਦੇ ਹਾਂ ਥਿਸ ਇਜ਼ ਕਾਲਡ ਆਰਐਲਈ ਰ refractive ਲੈਂਸ ਐਕਸਚੇਂਜ ਇੱਥੇ ਕੱਢ ਕੇ ਇੱਥੇ ਪ੍ਰੋਪਰ ਪਾਵਰ ਦਾ ਦ੍ਰਿਸ਼ਟੀ ਕਰਕੇ ਨਵਾਂ ਲੈਂਸ ਪਾ ਦਈਦਾ ਓਕੇ ਮਾਈਨਸ 5 ਦੀ ਅੰਕ ਲੱਗੀ ਹੈ ਜੀ ਇੱਥੇ ਜੀ ਮੰਨ ਲਓ ਅਸੀਂ ਮਾਈਨਸ 5 ਦੀ ਅੰਕ ਰਿਮੂਵ ਕਰਨੀ ਹੈ ਪਾਉਂਦੇ ਦਾ ਰੋਜ਼ ਸਵੇਰ ਉਤਾਰ ਕੇ ਸ਼ਾਮ ਨੂੰ ਲਗਾਉਣ ਵਾਲਾ ਕੰਟੈਕਟ ਲੈਂਸ -5 ਦਾ ਇੱਥੇ ਲਾ ਦिए। ਚਾਹੇ 5 ਦੀ ਪਾਵਰ ਹੈ ਇਹਦੀ ਚੇਂਜ ਕਰ ਦਈਏ ਲੇਜ਼ਰ ਕਰਕੇ। ਚਾਹੇ -5 ਦਾ ਆਹ ਕੰਟੈਕਟ ਲੈਂਸ ਪਾ ਦਈਏ ਤੇ ਚਾਹੇ ਇਹ ਵੀ 20 ਪਾਵਰ ਦਾ ਕੱਢ ਕੇ ਉਧਾਰਨ ਵਿੱਚ 15 ਪਾਵਰ ਦਾ ਪਾ ਦਈਏ। ਗਲਤਾਂ ਸਾਰੀ ਆਈ ਦੀ ਪਾਵਰ 5 ਘੱਟ ਕਰਨੀ ਹੈ। ਹੂੰ ਇੱਥੇ करिए ਕਿ ਇੱਥੇ करिए ਜਾਂ ਇੱਥੇ करिए ਕਿ ਇੱਥੇ करिए। ਸੋ ਆਵਦੇ ਹਿਸਾਬ ਨਾਲ ਚੇਂਜ ਹੋ ਜਾਈਏ। ਠੀਕ ਹੈ ਸੋ ਜੇ ਆਈਸੀਐਲ ਵੀ ਨਹੀਂ ਪੈਂਦਾ ਕੰਟੈਕਟ ਇੰਪਲਾਂਟੇਬਲ ਕੰਟੈਕਟ ਲੈਂਸ ਵੀ ਨਹੀਂ ਪਹਿ ਰਿਹਾ ਫਿਰ ਉਹਦੇ ਲਈ ਆਰਐਲ ਹੀ ਹੋਏਗਾ ਇਹ ਲੈਂਸ ਕੱਢ ਕੇ ਨਵਾਂ ਪਹਿ ਜਾਂਦਾ ਔਰ ਇਹ ਤਿੰਨਾਂ ਤਰੀਕਿਆਂ ਦੇ ਵਿੱਚ ਤਿੰਨੋਂ ਮੈਥਡਸ ਦੇ ਵਿੱਚ ਤਕਰੀਬਨ ਸਾਰੀ ਪੋਪੂਲੇਸ਼ਨ ਆ ਜਾਂਦੀ ਹੈ ਓਕੇ ਐਸਾ ਨਹੀਂ ਕੋਈ ਹੁੰਦਾ ਜਿਹਦੇ ਤਿੰਨੋਂ ਹੀ ਨਾ ਹੋ ਸਕਣ ਐਸੀ ਕੋਈ ਅੱਖ ਨਹੀਂ ਓਕੇ ਸੋ ਮਤਲਬ ਹਰ ਚੀਜ਼ ਦਾ ਜਿਹੜਾ ਹੱਲ ਹੈਗਾ ਔਰ ਐਨਕ ਗ੍ਰੇਟਰ ਔਰ ਅਸੀਂ ਸਾਰਾ ਹੱਲ ਹੀ ਤਕਰੀਬਨ ਪਿਛਲੇ 20 ਸਾਲ ਤੋਂ ਹੀ ਕਰ ਰਿਹਾ ਕੰਟੂਰਾ ਵਿਜਨ ਤਾਂ ਹੁਣ 4-5 ਸਾਲ ਤੋਂ ਨਵੀਂ ਆਈ ਹੈ ਨਾ ਜਿਵੇਂ ਸਮਾਈਲ ਆਈ ਨੂੰ 10-12 13 ਸਾਲ ਹੋ ਗਏ ਨੇ ਲੈਸ ਗਲੇਜ਼ਰ ਸੀ 2000 ਤੋਂ ਕਰ ਰਹੇ ਆ 2000 ਤੋਂ ਰਸਤਾਨ 98 ਤੋਂ ਕਰ ਰਹੇ ਆ ਸੋ ਆਲ ਦੀ ਟੈਕਨੀਕਸ ਆਰ ਅਵੇਲੇਬਲ ਜੇ ਲੇਜ਼ਰ ਕਰਨੀ ਹੋਏਗੀ ਤਾਂ ਸਭ ਤੋਂ ਬਿਹਤਰ ਟੈਕਨੀਕ ਐਜ਼ ਆਫ ਟੁਡੇ ਜਿਹੜੀ ਹੈ ਵਿਗਿਆਨ ਦੇ ਕੋਲੇ ਕੰਟੂਰਾ ਵਿਜਨ ਹੈ ਜੇ ਕੰਟੂਰਾ ਵਿਜਨ ਜਾਂ ਲੈਸ ਗਲੇਜ਼ਰ ਦੇ ਇਨਸਾਨ ਕਾਬਲ ਨਹੀਂ ਹੈ ਫਿਰ ਅਸੀਂ ਉਹਦੇ ਆਈਸੀਐਲ ਪਾਉਣ ਦੀ ਕੋਸ਼ਿਸ਼ ਕਰਾਂਗੇ ਆਈਸੀਐਲ ਪਾਉਣੇ ਆ ਜੇ ਆਈਸੀਐਲ ਦੇ ਵੀ ਮੰਨ ਲਓ ਅਕ ਕਵਲ ਨਹੀਂ ਫਿਰ ਉਹ ਯਾਰ ਰੈਲੀ ਹੋਏਗਾ ਉਹਦਾ ਲੈਂਸ ਤਬਦੀਲ ਕੀਤਾ ਜਾਏਗਾ ਸੋ ਕੁਛ ਨਾ ਕੁਛ ਹਰਕਦ ਹੋ ਜਾਂਦਾ ਐਂਡ ਵੀ ਆਰ ਡੂਇੰਗ ਇਟ ਇਨ ਰੂਟੀਨ ਵਿਦ ਐਕਸਟ੍ਰੀਮਲੀ ਹਾਈ ਸਕਸੈਸ ਰੇਟ ਅੱਛਾ ਆਖਰੀ ਸਵਾਲ ਡਾਕਟਰ ਸਾਹਿਬ ਤੁਹਾਡੇ ਤੋਂ ਕਰਨਾ ਚਾਹੁੰਦਾ ਮੈਂ ਉਹ ਇਹ ਹੈਗਾ ਕਿ ਕਿਸੇ ਨੇ ਕੰਟੂਰਾ ਵਿਜ਼ਨ ਦੇ ਨਾਲ ਆਪਣੀ ਆਈਸਾਈਟ ਸੈੱਟ ਕਰਾ ਲਈ ਨੰਬਰ ਠੀਕ ਹੋ ਗਿਆ ਐਨਕ ਉੱਤਰ ਗਈ ਜਿਵੇਂ ਤੁਸੀਂ ਦੱਸਿਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨੰਬਰ ਬਦਲ ਸਕਦਾ ਸੋ ਕੀ ਉਹ ਦੁਬਾਰਾ ਵੀ ਕਰਾ ਸਕਦੇ ਨੇ ਜਿਵੇਂ ਅਸੀਂ ਪਹਿਲਾਂ ਟੈਸਟ ਕੀਤਾ ਸੀਗਾ ਜੀ ਉਹਦੀ ਕਾਬਲੀਅਤ ਦੇਖਣ ਲਈ ਫੇਰੀ ਲੇਜ਼ਰ ਕੀਤੀ ਸੀ ਨਾ ਜੀ ਤੇ ਫਿਰ ਇਹ ਦੁਬਾਰਾ ਟੈਸਟ ਕਰ ਲਾਂਗੇ ਕੋਈ ਦਿੱਕਤ ਨਹੀਂ ਜੇ ਦੁਬਾਰਾ ਉਹ ਕਾਬਲ ਹੋ ਗਿਆ ਤੇ ਅਨਾਉਂਸਮੈਂਟ ਦੇ ਜਾਂ ਰਫਾਈਨਮੈਂਟ ਦੇ ਉਹ ਕਾਬਲ ਹੈ ਫਿਰ ਹੋ ਜੇਗੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਇਟ 올 ਡਿਪੈਂਡਸ ਕਿ ਉਹਦਾ ਨੰਬਰ ਕਿੰਨਾ ਸੀ ਉਹਨੂੰ ਕੀ ਪਰਮਿਸ਼ਨ ਮਿਲ ਰਹੀ ਸੀ ਮੰਨ ਲਓ ਪਹਿਣ ਦਾ 6 ਨੰਬਰ ਸੀਗਾ ਜਾਂ 8 ਨੰਬਰ ਸੀ ਜੀ ਉਹਦੀ ਜਿਹੜੀ ਕਾਰਨੀਆਂ ਹੈ 8 ਨੰਬਰ ਦੇ ਕਾਬਲ ਨਹੀਂ ਗਈ ਹਮ ਅਸੀਂ ਕਿਹਾ ਵੀ ਤੇਰੇ 8 ਨੰਬਰ ਦੇ ਅੰਕ ਨਹੀਂ ਉਤਰ ਸਕਦੀ ਤੁਹਾਡੇ ਦਾ ਸਾਨੂੰ ਆਈਸੀਐਲ ਲਾਉਣਾ ਪਊਗਾ ਠੀਕ ਹੈ ਆ ਉਹਦੇ ਆਈਸੀਐਲ ਪਾਤਾ ਹਮ ਆ ਆਈਸੀਐਲ ਪਹਿ ਗਿਆ ਠੀਕ ਹੈ ਹੁਣ ਉਹਦੇ 55 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਇੱਕ ਨੰਬਰ ਹੋਰ ਆ ਗਿਆ ਹਮ ਪਹਿਲੀ ਗੱਲ ਤਾਂ ਇੱਕ ਨੰਬਰ ਕੁਝ ਕਹਿੰਦਾ ਨਹੀਂ ਉਹਨੂੰ ਤਕਲੀਫ ਵੀ ਨਹੀਂ ਹੁੰਦੀ ਇੱਕ ਨੰਬਰ ਮਾਈਨਸ ਦਾ ਮੰਨ ਲਓ ਕਹਿੰਦਾ ਨਹੀਂ ਸਰ ਮੈਂ ਤਾਂ ਇੱਕ ਨੰਬਰ ਵੀ ਨਹੀਂ ਲਾਉਣਾ ਤੇ ਮੇਰਾ ਤਾਂ ਇਹ ਵੀ ਤਾਰੂ ਕੋਈ ਅਦਾਕਾਰ ਹੈ ਕੋਈ ਕਲਾਕਾਰ ਹੈ ਤੁਹਾਡੇ ਅਰਗੇ ਨਹੀਂ ਲਾਉਣੇ ਚਾਹੁੰਦਾ ਜੀ ਤਾਂ ਇੱਕ ਨੰਬਰ ਦੀ ਲੋਰ ਤਾਂ ਉੱਤੇ ਹੋ ਹੀ ਸਕਦੀ ਹੈ ਨਾ ਆਰਮਨਾਲ ਹੂੰ ਬਾਅਦ ਫਿਰ ਇੱਕ 5 ਸਾਲ ਬਾਅਦ 8 ਸਾਲ ਬਾਅਦ ਉਹਦੇ ਕ੍ਰਮ ਬਦਲੇ ਸੇ ਕਰ ਦਾਂਗੇ ਜਿਹੜੇ ਅੰਨਾ ਨਹੀਂ ਮੈਥਡਸ ਵਿਦ ਸਾਇੰਸ ਟੂ ਮੇਕ ਦਾ ਪੇਸ਼ੈਂਟ ਸਟਰੀਮਲੀ ਕੰਫਰਟੇਬਲ ਥੈਂਕ ਯੂ ਸੋ ਮੱਚ ਬਰਾਦ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਮੇਰੇ ਖਿਆਲ ਨਾਲ ਤੁਸੀਂ ਬੜੇ ਡੀਪਲੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਉਹਨਾਂ ਦੇ ਹਰ ਸਵਾਲ ਦਾ ਜਵਾਬ ਜਿਹੜਾ ਉਹਨਾਂ ਨੂੰ ਜ਼ਰੂਰ ਮਿਲ ਗਿਆ ਹੋਵੇਗਾ ਸੋ ਡਾਕਟਰ ਪੀਐਸ ਬਰਾਰ ਨੇ ਸਿਮਰਨ ਦਿੱਤਾ ਸਾਰੇ ਸਵਾਲਾਂ ਦੇ ਜਵਾਬ ਕਲੀਅਰ ਕਰ ਦਿੱਤੇ ਅਤੇ ਅੱਜ ਸਾਨੂੰ ਡਾਕਟਰ ਸਾਹਿਬ ਤੋਂ ਸੁਪਰ ਕਸਟਮਾਈਜ਼ਡ ਵਿਜ਼ਨ ਦੇ ਬਾਰੇ ਵੀ ਪਤਾ ਚੱਲਿਆ ਹੁਣ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਦੇ ਐਨਕ ਉਤਾਰਨ ਨੂੰ ਲੈ ਕੇ ਜੋ ਵੀ ਸਵਾਲ ਸਨ ਉਮੀਦ ਹੈ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਡਾਕਟਰ ਸਾਹਿਬ ਤੋਂ ਚੰਗੀ ਤਰ੍ਹਾਂ ਦੇ ਨਾਲ ਮਿਲ ਚੁੱਕੇ ਹੋਣਗੇ ਤੇ ਹੁਣ ਅਸੀਂ ਵੀ ਕੰਟੂਰਾ ਵਿਜ਼ਨ ਤਕਨੀਕ ਦੇ ਨਾਲ ਸਰਜਰੀ ਕਰਵਾ ਕੇ ਸੁਪਰ ਵਿਜ਼ਨ ਦਾ ਆਨੰਦ ਮਾਣ ਸਕਦੇ ਹਾਂ ਅਤੇ ਹਮੇਸ਼ਾ ਦੇ ਲਈ ਐਨਕਾ ਤੋਂ ਵੀ ਮੁਕਤੀ پا ਸਕਦੇ ਆ ਆਓ ਹੁਣ ਮੈਂ ਤੁਹਾਨੂੰ ਡਾਕਟਰ ਸਾਹਿਬ ਦੇ ਹਸਪਤਾਲ ਦੇ ਬਾਰੇ ਵੀ ਥੋੜੀ ਜਾਣਕਾਰੀ ਜ਼ਰੂਰ ਦੇਣੀ ਚਾਹੁੰਦਾ ਹੈ ਪਿਛਲੇ 30 ਸਾਲਾਂ ਤੋਂ ਕੋਟਕਪੂਰਾ ਪੰਜਾਬ ਦੇ ਵਿੱਚ ਬਰਾੜ ਅੱਖਾਂ ਦਾ ਹਸਪਤਾਲ ਅੱਖਾਂ ਦੀ ਹਰ ਬਿਮਾਰੀ ਦਾ ਇਲਾਜ ਇੱਕ ਹੀ ਛੱਤ ਦੇ ਥੱਲੇ ਕਰਦਾ ਆ ਰਿਹਾ ਹੈ ਜਿਵੇਂ ਕਿ ਐਨਕਾ ਉਤਾਰਨਾ ਚਿੱਟੇ ਮੋਤੀਏ ਦਾ ਇਲਾਜ ਕਾਲੇ ਮੋਤੀਏ ਦਾ ਇਲਾਜ ਪਿਛਲੇ ਪਰਦੇ ਦਾ ਇਲਾਜ ਬੱਚਿਆਂ ਦੇ ਟੀਰ ਦੇ ਆਪਰੇਸ਼ਨ ਐਪਲੋ ਐਕਲੋਪਲਾਸਟੀ ਅਤੇ ਅੱਖਾਂ ਦੀਆਂ ਸੱਟਾਂ ਤੇ ਪੁਤਲੀ ਬਦਲਣ ਦੇ ਆਪਰੇਸ਼ਨ ਅਤੇ ਇਲਾਜ ਤੁਹਾਨੂੰ ਦੱਸ ਦਈਏ ਕਿ ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ ਉੱਤਰੀ ਭਾਰਤ ਦਾ ਪਹਿਲਾ NABH ਤੋਂ ਮਾਨਤਾ ਪ੍ਰਾਪਤ ਹਸਪਤਾਲ ਹੈ ਬਰਾੜ ਅੱਖਾਂ ਦੇ ਹਸਪਤਾਲ ਦੀ ਦੂਜੀ ਬ੍ਰਾਂਚ 2014 ਦੇ ਵਿੱਚ ਬਠਿੰਡਾ ਦੇ ਵਿੱਚ ਖੋਲੀ ਗਈ ਸੀ ਹੁਣ ਉੱਥੇ ਵੀ ਇੱਕ ਛੱਤ ਦੇ ਥੱਲੇ ਹੀ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਬਠਿੰਡਾ ਬ੍ਰਾਂਚ ਵੀ ਜ਼ਿਲ੍ਹੇ ਦੇ ਵਿੱਚ NABH ਤੋਂ ਮਾਨਤਾ ਪ੍ਰਾਪਤ ਕਰਨ ਵਾਲਾ ਅੱਖਾਂ ਦਾ ਪਹਿਲਾ ਹਸਪਤਾਲ ਬਣ ਗਿਆ ਹੈ। ਦੋਵੇਂ ਸੈਂਟਰਾਂ ਦੇ ਵਿੱਚ ਰੋਜ਼ਾਨਾ ਕੰਟੂਰਾ ਵਿਜ਼ਨ ਦੇ ਨਾਲ ਐਨਕਾਂ ਉਤਾਰੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਹਸਪਤਾਲ ਦੀ ਵੈੱਬਸਾਈਟ ਦੇ ਉੱਤੇ ਵੀ ਜਾ ਸਕਦੇ ਹੋ ਅਤੇ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰਾਂ ਦੇ ਉੱਤੇ ਵੀ ਸੰਪਰਕ ਕਰਕੇ ਤੁਸੀਂ ਕੰਟੂਰਾ ਵਿਜ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਰਜਰੀ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ। ਸੋ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਦਰਸ਼ਕਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਸੀਗੇ ਉਹ ਅਸੀਂ ਉਮੀਦ ਕਰਦੇ ਹਾਂ ਕਿ ਮਿਲ ਗਏ ਹੋਣੇ ਸੋ ਸਿਮਰਨ ਦਾ ਵੀ ਜਵਾਬ ਉਹਨਾਂ ਨੂੰ ਜ਼ਰੂਰ ਮਿਲ ਗਿਆ ਹੋਣਾ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਮਿਹਰਬਾਨੀ